ਵਾਹਿਗੁਰੂ 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 ਧੰਨ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਧੰਨ ਵਾਹਿਗੁਰੂ ਧੰਨ ਵਾਹਿਗੁਰੂ ਇਸ ਵਕਤ ਅਸੀਂ ਖੜ੍ਹੇ ਹਾਂ ਜੀ ਪਿੰਡ ਬੰਬ ਬਡਾਲਾ ਵਿੱਚ ਅਤੇ ਪਿੰਡ ਬੰਬ ਬਡਾਲੇ ਦੇ ਗੁਰਦੁਆਰਾ ਸਾਹਿਬ 'ਚ ਅਸੀਂ ਖੜ੍ਹੇ ਹਾਂ ਇਸ ਵਕਤ ਅਤੇ ਹੁਣ ਮੈਂ ਗੱਲਬਾਤ ਕਰੂੰਗਾ ਇਸ ਗੁਰਦੁਆਰਾ ਸਾਹਿਬ 'ਚ ਜੋ ਹੈੱਡ ਗ੍ਰੰਥੀ ਹਨ ਇਹ ਸਭ ਤੋਂ ਪਹਿਲਾਂ ਭਾਈ ਸਾਹਿਬ ਨਾਲ ਫਤਿਹ ਬੁਲਾਉਂਗਾ ਵਾਹਿਗੁਰੂ ਜੀ ਫਤਿਹ ਇਹ ਭਾਈ ਸਾਹਿਬ ਜੋ ਇੱਥੇ ਗੁਟਕੇ ਸਾਹਿਬ ਦੀ ਬਿਆਬਦੀ ਹੋਈ ਆ ਉਹ ਸੰਗਤਾਂ ਨੂੰ ਜਾਣਕਾਰੀ ਦਿਓ ਕਿ ਕਿਸ ਤਰ੍ਹਾਂ ਹੋਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸਿੰਘ ਜੀ ਉਹ ਭਾਈ ਗੁਟਕੇ ਬਿਰਧ ਜਿਹੜੇ ਲੋਕਾਂ ਦੇ ਘਰੋਂ ਆਉਂਦੇ ਸੀ ਉਹ ਭਾਈ ਰੱਖੇ ਜਾਂਦੇ ਸੀ ਅੰਦਰ ਭਾਈ ਗੋਇੰਦਵਾਲ ਸਾਹਿਬ ਚੜ੍ਹਾਉਣੇ ਹਨ ਇਸ ਕਰਕੇ ਵੇਖਿਆ ਵੀ ਬਿਰਧ ਜਿਹੜੇ ਹੈ ਨਾ ਉਹ ਪਾਟੇ ਪਏ ਸੀ ਗੁਟਕੇ ਇਸ ਕਰਕੇ ਵੀ ਸਾਰਿਆਂ ਨੂੰ ਅਪੀਲ ਕੀਤੀ ਜਾਂਦੀ ਹੈ ਹਾਂਜੀ ਅਸੀਂ ਜਦੋਂ ਇੱਥੇ ਆਏ ਕਿ ਸਾਨੂੰ ਜਿਹੜੇ ਸੀ ਨੌਜਵਾਨ ਵੀਰਾਂ ਨੇ ਦੱਸਿਆ ਕਿ ਜਿਹੜੇ ਪਿੰਡ ਦੇ ਆ ਲੋਕ ਆ ਉਹ ਜਦੋਂ ਕੋਈ ਗੁਟਕਾ ਸਾਹਿਬ ਜਾਂ ਕੋਈ ਬਿਰਧ ਹੋ ਜਾਂਦਾ ਸੀ ਉਹ ਇਸ ਗੁਰਦੁਆਰਾ ਸਾਹਿਬ ਵਿੱਚ ਰੱਖ ਦਿੰਦੇ ਸੀਗੇ ਗੋਇੰਦਵਾਲ ਸਾਹਿਬ ਵਾਸਤੇ ਬਾਅਦ 'ਚ ਇਹ ਲੈ ਕੇ ਜਾਂਦੇ ਸੀ ਪਰ ਜਦੋਂ ਕੋਈ ਗੁਟਕਾ ਸਾਹਿਬ ਵਿੱਚ ਦੇ ਕੇ ਗਿਆ ਇਹਨਾਂ ਨੂੰ ਇਹਨਾਂ ਨੇ ਉਹ ਚੈੱਕ ਜਿਹੜਾ ਨਹੀਂ ਕੀਤਾ ਸੀਗਾ ਅਤੇ ਇਸ ਕਰਕੇ ਜਿਹੜਾ ਵਾ ਉਹ ਇਹਨਾਂ ਨੂੰ ਪੱਕਾ ਪਤਾ ਨਹੀਂ ਗਾ ਵੀ ਇਹ ਕਿਸੇ ਨੇ ਬਿਆਬਦੀ ਕੀਤੀ ਜਾਂ ਪਹਿਲਾਂ ਹੀ ਪਾਟੇ ਹੋਏ ਸੀ ਕਿਉਂਕਿ ਇੱਥੇ ਜਿਹੜਾ ਕੈਮਰਾ ਲੱਗਾ ਹੋਇਆ CCTV ਕੈਮਰਾ ਲੱਗਾ ਹੋਇਆ ਵਾ ਅਤੇ ਉਹਦੇ ਵਿੱਚ ਕੋਈ ਵੀ ਜਿਹੜੀ ਆ ਫੁਟੇਜ ਉਹ ਨਹੀਂ ਆਈ ਹੋਈ ਇਸ ਕਰਕੇ ਇਹ ਜਿਹੜਾ ਵਾ ਬਿਆਬਦੀ ਦਾ ਕੀਤੀ ਜਾਂ ਨਹੀਂ ਕੀਤੀ ਇਸ ਬਾਰੇ ਹਜੇ ਕਿਸੇ ਨੂੰ ਨਹੀਂ ਪਤਾ ਕਿਉਂਕਿ ਫੁਟੇਜ ਜਿਹੜੀ ਸੀ ਉਹ ਵਿੱਚ ਆ ਜਾਣੀ ਸੀ ਉਹ ਨਹੀਂ ਆਈ ਹੋਈ ਅਤੇ ਗੁਟਕੇ ਸਾਹਿਬ ਜਿਹੜੇ ਲੋਕੀ ਸੰਗਤਾਂ ਜਿਹੜੀਆਂ ਸੀ ਉਹ ਇਸ ਗੁਰਦੁਆਰਾ ਸਾਹਿਬ 'ਚ ਦੇ ਕੇ ਜਾਂਦੇ ਸੀ ਉਹ ਗੁਟਕੇ ਸਾਹਿਬ ਜਿਹੜੇ ਆ ਉਹ ਇਹਨਾਂ ਨੂੰ ਪਤਾ ਨਹੀਂ ਗਾ ਵੀ ਜਾਂ ਪਹਿਲਾਂ ਕਿਸੇ ਨੇ ਪੁਰਾਣੇ ਹੋ ਕਰਕੇ ਜਾਂ ਪਾਟੇ ਕਿੱਦਾਂ ਕਿਸ ਤਰ੍ਹਾਂ ਪਾਟੇ ਇਸ ਬਾਰੇ ਕਿਸੇ ਨੂੰ ਹਜੇ ਜਾਣਕਾਰੀ ਨਹੀਂ ਬਾਬਾ ਜੀ ਤੁਸੀਂ ਇੱਥੇ ਦੱਸੋ ਵੀ ਇੱਥੇ ਜਦੋਂ ਰਾਤ ਨੂੰ ਜਾਂ ਦਿਨੇ ਇੱਥੇ ਕੌਣ ਹੁੰਦਾ ਹੈ ਰਾਤ ਨੂੰ ਪਹਿਰਾ ਲੱਗਦਾ ਜੀ ਇੱਥੇ ਹਾਂਜੀ
ਇਹ ਪਹਿਰਾ ਪਹਿਲਾਂ ਲੱਗਦਾ ਕਿ ਜਾਂ ਹੁਣ ਲੱਗਣ ਲੱਗਾ? ਜਦੋਂ ਵਾਰਦਾਤਾਂ ਹੋਈਆਂ ਜਾਂ ਇਸ ਉਦੋਂ ਦਾ ਟੰਗੇ। ਹਾਂਜੀ ਹਾਂਜੀ, ਤੁਸੀਂ ਕੀ ਸਮਝਦੇ ਵੀ ਇਹ ਜਿਹੜਾ ਗੁਟਕੇ ਸਾਹਿਬ ਦੇ ਅੰਗ ਜਿਹੜੇ ਪਾਟੇ ਮਿਲੇ ਆ, ਇਹ ਦਿਨੇ ਪਾਟੇ ਜਾਂ ਰਾਤ ਨੂੰ ਪਾਟੇ? ਇਹ ਇੰਨਾ ਹੁਣ ਪਤਾ ਨਹੀਂ, ਇਹ 11 ਵਜੇ ਟਾਈਮ ਸੀ ਜੀ। ਮੈਂ 11 ਵਜੇ ਤੁਸੀਂ ਦਿਨੇ ਦੇਖਿਆ? ਹਾਂਜੀ ਦਿਨੇ ਵੇਖਿਆ ਜੀ। ਹਾਂਜੀ ਹਾਂਜੀ, ਇਹ ਹੁਣ ਮੈਂ ਗੱਲ ਕਰੂੰਗਾ ਜੋ ਇਸ ਗੁਰਦੁਆਰਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਹਨ ਉਹਨਾਂ ਦੇ ਮਾਤਾ ਜੀ ਨਾਲ ਗੱਲਬਾਤ ਕਰੂੰਗਾ। ਇਹ ਮਾਤਾ ਜੀ ਸਭ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ ਕਦੋਂ ਤੁਸੀਂ ਇਹ ਗੁਟਕੇ ਸਾਹਿਬ ਨੂੰ ਦੇਖਿਆ? ਇਹ 11 ਦਾ ਟਾਈਮ ਹੈ, ਇੱਥੇ ਰੋਟੀਆਂ ਬੀਬੀਆਂ ਪਕਾਉਂਦੀਆਂ ਪਈਆਂ ਨੇ, ਮੱਸਿਆ ਲੱਗਦੀ ਅਤੇ ਇਹਨਾਂ ਨੇ ਨਾ ਪਹਿਲੋਂ ਘਰੇ ਗਿਆ ਹੈ ਅਤੇ ਘਰ ਤੋਂ ਆਇਆ 11 ਵਜੇ ਅਤੇ ਪਾਠ ਤਾਂ ਸਵੇਰੇ ਮਹਾਰਾਜ ਦੀ ਦੇਹ 'ਤੇ ਕਰ ਲੈਂਦਾ ਅਤੇ ਉਹ ਜਦੋਂ ਇਹ ਲੱਗਾ ਵੀ ਗੁੜਕਾ ਫੜ ਕੇ ਅਤੇ ਮੈਂ ਪਾਠ ਕਰਨਾ ਵਿਹਲਾ ਬੈਠਾ ਅਤੇ ਵੇਖਿਆ ਤਾਂ ਅੰਗ ਫਟੇ ਹੋਏ। ਉਹ ਜੋ ਗੁਟਕਾ ਸਾਹਿਬ ਦੇਖਿਆ ਇਹਨਾਂ ਨੇ, ਉਹ ਪਹਿਲਾਂ ਵੀ ਪਾਠ ਕਰਦੇ ਹੁੰਦੇ ਕਿ ਜਾਂ ਪਹਿਲੀਆਂ ਕਰਦੇ ਸੀ? ਉਹਦੇ 'ਤੇ ਪਹਿਲਾਂ ਵੀ ਕਰਦੇ ਸੀ ਪਾਠ, ਹਾਂ ਕਰਦੇ ਸੀ। ਭਾਈ ਸਾਹਿਬ ਉਸ ਗੁਟਕੇ ਸਾਹਿਬ ਦੇ ਤੁਸੀਂ ਪਹਿਲਾਂ ਪਾਠ ਕਰਦੇ? ਹਾਂਜੀ ਹਾਂਜੀ। ਤੇ ਪਹਿਲਾਂ ਜਿਹੜਾ ਗੁਟਕਾ ਸਾਹਿਬ ਸੀਗਾ ਉਹ ਗੁਰਦੁਆਰਾ ਸਾਹਿਬ ਦਾ ਜਾਂ ਬਾਹਰੋਂ ਆਇਆ ਹੋਇਆ ਸੀ? ਗੁਟਕਾ ਗੁਰਦੁਆਰੇ ਦਾ ਸੀ ਜਿਹੜਾ ਚੜਾਇਆ ਸੀ ਨਾ, ਉਹ ਮੇਰੇ ਹੱਥ 'ਚ ਆ ਗਿਆ ਇਸ ਕਰਕੇ। ਨਹੀਂ ਕਿਸੇ ਨੇ ਜਿਹੜਾ ਗੁਟਕਾ ਇੱਥੇ ਚੜਾਇਆ ਹੋਇਆ ਸੀ ਕਿ ਜਾਂ ਤੁਸੀਂ ਪਹਿਲਾਂ ਪਾਠ ਕਰਦੇ? ਪਹਿਲਾਂ ਵੀ ਪੜ੍ਹਦੇ ਆ ਜੀ ਪਾਠ, ਪਹਿਲਾਂ ਵੀ ਕਰਦੇ, ਇਕੱਠੇ ਪਏ ਹੁੰਦੇ ਨਾ? ਆਹੋ ਇਕੱਠੇ ਪਏ ਹੁੰਦੇ ਸੱਚਖੰਡ ਜੀ। ਅੱਛਾ ਤੁਹਾਨੂੰ ਪਤਾ ਨਹੀਂ ਗਾ ਵੀ ਉਹ ਗੁਟਕਾ ਸਾਹਿਬ ਕਿਦਾਂ ਹੋਰ ਗੁਟਕਾ ਸਾਹਿਬ? ਹਾਂਜੀ ਤੁਹਾਨੂੰ ਉਸ ਗੁਟਕੇ ਸਾਹਿਬ ਦੇ ਪਤਾ ਨਹੀਂ ਲੱਗਾ ਜੀ ਗੁਟਕਾ ਹੋ ਰਿਹਾ, ਤੁਹਾਨੂੰ ਇੰਨਾ ਪਤਾ ਲੱਗਾ ਕਿ ਗੁਟਕਾ ਸਾਹਿਬ ਉਹੋ ਜਿਹਾ ਜਾਂ ਹੋ ਰਿਹਾ? ਇਹ ਉਹੀ ਗੁਟਕਾ ਹੀ ਤੋਂ ਜੀ, ਹੋਰ ਨਹੀਂ। ਜਿਹੜਾ ਤੁਸੀਂ ਘਰਾਂ ਦੇ ਵਿੱਚੋਂ ਜਿਹੜੇ ਆਉਂਦੇ ਆ ਜੀ ਉਹ, ਹਾਂਜੀ। ਅੱਗੇ ਤੁਸੀਂ ਕਿ ਉਸ ਗੁਟਕੇ ਸਾਹਿਬ ਦੇ ਕਦੇ ਪਾਠ ਕੀਤਾ ਹੈ? ਨਹੀਂ ਉਹਦੇ ਤੋਂ ਨਹੀਂ ਕੀਤਾ, ਹੋਰ ਤੋਂ ਕੀਤਾ ਸੀ। ਕਰਦੇ ਸੀ ਤੇ ਪਤਾ ਨਹੀਂ ਸੀ ਇਹਨਾਂ ਨੂੰ, ਜਦੋਂ ਬਾਬਾ ਜੀ ਰਿਪਾਠ ਕਰਦੇ ਸੀ ਨਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਕੱਠੇ ਗੁਟਕੇ ਸਾਹਿਬ ਪਏ ਸੀ, ਇਕੱਠਿਆਂ 'ਚੋਂ ਇਹਨਾਂ ਫੜ ਲਿਆ ਭੁਲੇਖੇ ਨਾਲ, ਚਾਹੇ ਕਿਵੇਂ ਫੜਿਆ ਗਿਆ, ਚਾਹੇ ਪਾਠ ਵਾਲਾ ਫੜਿਆ ਗਿਆ, ਚਾਹੇ ਹੋਰ ਫੜਿਆ ਗਿਆ, ਕਿਉਂ ਇਹਨਾਂ ਦੀ ਗੈਜਰੀ 'ਚ ਵੀ ਇੱਥੇ ਰੱਖ ਜਾਂਦੇ ਕਈ ਵਾਰੀ। ਬਾਬਾ ਜੀ 11 ਵਜੇ ਆਏ, ਉਦੋਂ ਇਹਨਾਂ ਵੇਖਿਆ ਅਤੇ ਸੰਗਤ ਨੂੰ ਵਿਖਾਇਆ, ਬੀਬੀਆਂ ਸੀ ਇੱਥੇ, ਹਾਂਜੀ, ਅਤੇ ਬੀਬੀਆਂ ਜਦੋਂ ਇਹਨਾਂ ਵਿਖਾਇਆ ਤਾਂ ਵੀ ਜਾਣੀ ਕਿ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਉਹ ਹੀ ਗੁਟਕਾ ਸਾਹਿਬ ਜਿਹਦੇ 'ਤੇ ਪਹਿਲਾਂ ਪਾਠ ਕੀਤਾ ਸੀ ਅਤੇ ਹੋਰ ਹੈ ਗੁਟਕੇ ਸਾਹਿਬ ਦਾ। ਇਹਨੇ ਦਵਾ ਦਾ ਫੜ ਕੇ ਜਦੋਂ ਆਣ ਕੇ ਵੇਖਿਆ ਪਾਠ ਕਰਦਿਆ ਅਤੇ ਗੁਟਕਾ ਸਾਹਿਬ ਪਾਟਾ ਹੋਇਆ ਸੀ। ਅਸੀਂ ਜੋ ਪੂਰੀ ਦੁਨੀਆ ਦੇ ਸਿੱਖ ਚੈਨਲ ਲੋਕ ਦੇਖ ਰਹੇ, ਸੰਗਤਾਂ ਦੇਖ ਰਹੇ, ਅਸੀਂ ਵੀ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਆਪਣੇ ਪਿੰਡ ਪਿੰਡ ਟੈਲੀਫੋਨ ਕਰਕੇ ਉਹ ਦੱਸਣ ਕਿ ਜਦੋਂ ਵੀ ਕੋਈ ਗੁਟਕਾ ਸਾਹਿਬ ਤੁਸੀਂ ਕੋਈ ਬਿਰਧ ਹੁੰਦਾ ਵਾ, ਜਦੋਂ ਤੁਸੀਂ ਕਿਤੇ ਜਮ੍ਹਾਂ ਕਰਾਉਣਾ ਜਾਂ ਕਿਤੇ ਗੋਦਾ ਸਾਹਿਬ ਖਾਣਾ, ਉਹ ਅੰਗ ਜਿਹੜੇ ਉਹ ਚੈੱਕ ਕਰਕੇ ਉਹ ਲਿਖ ਕੇ ਉਹਨਾਂ ਨੂੰ ਦੇਣ ਵੇ ਕਿਹੜਾ ਕੋਈ ਪਾਟਾ ਕਿਸ ਤਰ੍ਹਾਂ ਪਾਟਾ। ਇਸ ਕਰਕੇ ਜਿਹੜੀ ਜਾਣਕਾਰੀ ਬਹੁਤ, ਕਿਉਂਕਿ ਜਿਹੜਾ ਪੰਜਾਬ ਦਾ ਇਸ ਵਕਤ ਮਾਹੌਲ ਜਿਹੜਾ ਵਾ, ਥਾਂ ਥਾਂ ਜਿਹੜੀਆਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਗੁਟਕੇ ਸਾਹਿਬ ਦੀਆਂ ਜਿਹੜੀਆਂ ਵਿਆਪਦੀਆਂ ਹੋ ਰਹੀਆਂ, ਉਹਦਾ ਜਿਹੜਾ ਉਹ ਪੂਰੀ ਸਹੀ ਜਾਣਕਾਰੀ ਜਿਹੜੀ ਉਹ ਸੰਗਤਾਂ ਨੂੰ ਮਿਲ ਸਕੇ, ਕਿਉਂਕਿ ਇਹਦੇ ਦਾ ਮਾਹੌਲ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਤਣਾਅਪੂਰਨ ਜਿਹੜਾ ਹੋਇਆ ਹੋਇਆ, ਅਤੇ ਉਹਦੇ ਵਿੱਚ ਹੀ ਸੰਗਤਾਂ ਨੂੰ ਇਹ ਜਾਣਕਾਰੀ ਰੱਖਣੀ ਚਾਹੀਦੀ ਹੈ। ਹਾਂਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਗੁੜਕੇ ਗੋਬਿੰਦ ਸਾਹਿਬ ਵਾਸਤੇ ਜਾਣ ਵਾਸਤੇ ਇੱਥੇ ਮੰਗਵਾਏ ਸੀ ਅਤੇ ਮੁੜ ਕੇ ਗੁੜਕੇ ਕਿਸੇ ਵਜ੍ਹਾ ਨਾਲ ਨਹੀਂ ਲਗਾਏ ਗਏ, ਉਹਨਾਂ ਦੇ ਵਿੱਚੋਂ ਕਿਤੇ ਬਾਬਾ ਜੀ ਨੇ ਭੁਲੇਖੇ ਨਾਲ ਇਹ ਗੁੜਕਾ ਕਿਤੇ ਚੁੱਕਿਆ ਇਹਨਾਂ ਨੇ, ਅਤੇ ਉਹ ਹੈ ਚੱਕਰ, ਹੋਰ ਕੋਈ ਗੱਲ ਨਹੀਂ ਹੈਗੀ। ਪਰ ਅਸੀਂ ਲਾਉਂਦੇ ਰਹੇ ਹਾਂ 6-7 ਦਿਨ ਪਹਿਲਾਂ, ਬਾਅਦ 'ਚ ਪਾਰਾ ਨਹੀਂ ਲੱਗਦਾ ਰਿਹਾ ਅਤੇ ਪਿੰਡ ਵਾਲਿਆਂ ਨਹੀਂ ਸਹਿਯੋਗ ਦਿੱਤਾ। ਅੱਛਾ, ਜਦੋਂ ਇਹ ਵਿਆਪਦੀ ਇੱਥੇ ਗੁਟਕੇ ਸਾਹਿਬ ਦੇ ਤੁਸੀਂ ਅੰਗ ਦੇਖੇ ਆ, ਉਸ ਤੋਂ ਪਹਿਲਾਂ ਜਿਹੜਾ ਪਹਿਰਾ ਲੱਗਦਾ ਸੀ? ਨਹੀਂ, ਉਦੋਂ ਪਹਿਲਾਂ ਪਹਿਰਾ ਲੱਗਦਾ ਰਿਹਾ 7 ਕੁ ਦਿਨ। ਅੱਛਾ, ਬਾਅਦ 'ਚ ਲੱਗਣੋਂ ਹਟ ਗਿਆ ਸੀ? ਬਾਅਦ ਦੇ ਵਿੱਚ ਆਵਾਜ਼ ਵੀ ਬੜੀ ਦਿੱਤੀ ਬਾਬਾ ਜੀ ਨੇ ਅਤੇ ਨਹੀਂ ਕੋ ਆਇਆ, ਫਿਰ ਅਸੀਂ ਵੀ ਰਹਿਣ ਦਿੱਤਾ ਵੀ ਕੱਲ੍ਹ ਨੂੰ ਕੋਈ ਗੱਲਬਾਤ ਹੋ ਗਈ ਤਾਂ ਮੁੜ ਕੇ ਪਾਰੇ ਵਾਲਿਆਂ ਦੇ ਆਉਣਾ, ਅਤੇ ਆਉਂਦੇ ਵੀ ਇੱਥੇ ਕੋਈ ਖਤਰਾ ਨਹੀਂ ਹੈਗਾ,
ਬਾਕੀ ਉਹ ਗੱਲ ਨਹੀਂ ਹੈਗੀ ਵੀ ਜੇ ਕੋਈ ਬਿਪਦੀ ਨਹੀਂ ਹੋਈ, ਇਹ ਤਾਂ ਵੈਸੇ ਕੁਦਰਤੀ ਜਿਵੇਂ ਗੁਟਕਿਆਂ ਦੇ ਵਿੱਚ ਹੀ ਗੁਟਕਾ ਆਇਆ, ਹੋਰ ਨਹੀਂ ਕੋਈ ਚੱਕਰ। ਅਸੀਂ ਕੋਈ ਨਹੀਂ, ਅਸੀਂ ਸੰਗਤਾਂ ਨੂੰ ਦਿਖਾਉਂਦੇ ਹਾਂ ਗੁਟਕੇ ਸਾਹਿਬ ਦੇ ਕਿਸ ਤਰ੍ਹਾਂ ਜਿਹੜੇ ਅੰਗ ਪਾਟੇ ਅਸੀਂ, ਕਿਉਂਕਿ ਇਹ ਜਦੋਂ ਦੇਖੀਦਾ ਪਤਾ ਲੱਗ ਹੀ ਜਾਂਦਾ ਕਿ ਇਹ ਕਿਸ ਤਰ੍ਹਾਂ ਹੋਈ ਹੈ। ਹਾਂਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਨੂੰ ਇਹੀ ਪਤਾ ਲੱਗਿਆ, ਬਸ ਇਹੀ ਗੱਲ ਸੁਣੀ ਹੈ। ਫਿਰ ਇੱਥੇ ਪੰਚਾਇਤ ਵੀ ਇਕੱਠੀ ਕੀਤੀ ਗਈ ਹੈ ਜੀ, ਸਾਰੇ ਪਿੰਡ ਦੀ, ਚੇਅਰਮੈਨ ਸਾਹਿਬ ਕੁਲਦੀਪ ਸਿੰਘ ਉਹਨਾਂ ਨੇ, ਸਰਪੰਚ ਸਾਹਿਬ ਨੇ ਕੀਤੀ ਹੈ। ਅਤੇ ਫਿਰ ਜੋ ਵੀ ਮਸਲਾ ਹੱਲ ਹੋਇਆ, ਆਪਣੇ ਕਰਮਚਾਰੀ, ਪੁਲਿਸ ਕਰਮਚਾਰੀ ਵੀ ਆਏ ਹਨ, ਉਹਨਾਂ ਨੇ ਬਿਆਨ ਲਿਖ ਕੇ ਲਗਾਏ ਨੇ ਵੀ ਇੱਦਾਂ ਕਿਸੇ ਤੋਂ ਜਾਣ ਕੇ ਨਹੀਂ ਹੋਈ, ਇਹ ਇੱਦਾਂ ਹੀ ਹੋ ਸਕਦਾ ਵੀ ਘਰੋਂ ਆਏ ਨੇ ਅਤੇ ਕਿਸੇ ਤੋਂ ਪਾਟੇ ਹੋਣ 'ਤੇ ਉਹ ਵਿੱਚ ਰੱਖੇ ਗਏ ਨੇ ਗੁਟਕੇ। ਸੋ ਠੀਕ ਆ, ਤੁਸੀਂ ਇਸ ਇਸ ਬਾਰੇ ਤੁਸੀਂ ਜਾਣਕਾਰੀ ਇਕੱਠੀ ਕੀਤੀ ਕੋਈ ਵੀ, ਜਿੱਦਾਂ ਤੁਹਾਡੇ ਪਿੰਡ 'ਚੋਂ ਆਇਆ ਗੁਟਕਾ ਸਾਹਿਬ, ਅਤੇ ਤੁਸੀਂ ਉਹ ਅਨਾਊਂਸਮੈਂਟ ਕੀਤੀ ਹੋਊਗੀ ਕਿ ਜਿਸ ਨੇ ਕੋਈ ਗੁਟਕਾ ਸਾਹਿਬ ਇੱਥੇ ਜਮ੍ਹਾਂ ਕਰੀ ਦਿੱਤਾ ਤੁਹਾਨੂੰ, ਉਹ ਦੱਸ ਸਕਦੇ ਆ ਵੀ ਇਹ ਪਾਟਾ ਅਸੀਂ ਸਾਡੇ ਕੋਲ ਪਾਟਾ ਕਿੱਦਾਂ ਹੈ, ਇਸ ਬਾਰੇ ਤੁਸੀਂ ਕੋਸ਼ਿਸ਼ ਕੀਤੀ ਕਿਸੇ ਨੇ? ਹਾਂਜੀ, ਕੀਤੀ ਕੋਸ਼ਿਸ਼, ਪਰ ਕੋਈ ਦੱਸੇਗਾ ਹੁਣ ਮਾਹੌਲ ਖਰਾਬ ਹੋਣ ਕਰਕੇ ਅਗਲਾ ਡਰਦਾ ਹੀ ਨਹੀਂ ਬੋਲਦਾ ਜੀ, ਇਹ ਡਰ ਹੀ ਇੰਨਾ ਪਿਆ ਹੋਇਆ ਵੀ ਅਸੀਂ ਨਾ ਲਿਆ ਤਾਂ ਸਾਡਾ ਨਾਂ ਅੱਗੇ ਆਊਗਾ। ਅਤੇ ਇਸ ਦੇ ਅਪਾਅ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਇਹੋ ਜਿਹੀਆਂ ਵਾਰਦਾਤਾਂ ਹੁੰਦੀਆਂ? ਬਹੁਤ ਮੰਦਭਾਗੀ ਆ ਗੱਲ ਹੈ ਜੀ, ਇਹ ਵਾਰਦਾਤਾਂ ਨਹੀਂ ਹੋਣੀਆਂ ਚਾਹੀਦੀਆਂ, ਮਹਾਰਾਜ ਤਾਂ ਸਭ ਮੰਨਣ ਵਾਲੇ ਸਿੱਖ ਹਾਂ, ਇਹਦੋਂ ਵੱਡੀ ਕੋਈ ਗੱਲ ਨਹੀਂ ਹੈਗੀ। ਗੁਰੂ ਸਾਹਿਬ ਦੇ ਉੱਤੇ ਕੋਈ ਨਹੀਂ, ਜਿਹੜਾ ਕਰਦਾ ਬਹੁਤ ਮੰਦਭਾਗਾ ਕੰਮ ਕਰਦਾ। ਤੁਸੀਂ ਤੁਹਾਡੇ ਜਿਹੜੇ ਲਾਗੇ ਛਾਗੇ ਪਿੰਡ ਜਾਂ ਕੋਈ ਰਿਸ਼ਤੇਦਾਰਾਂ ਦੇ ਪਿੰਡ ਆ, ਤੁਸੀਂ ਉਹਨਾਂ ਨੂੰ ਵੀ ਅਪੀਲ ਕਰੋ, ਬੇਨਤੀ ਕਰੋ ਕਿ ਉਹ ਵੀ ਉੱਥੇ ਇਹ ਜਿਹੜੇ CCTV ਕੈਮਰੇ ਲਾਉਣ ਤਾਂ ਜਾਂ ਉੱਥੇ ਜਿਹੜੀ ਨਿਗਾਹ ਵੀ ਰੱਖਣ। ਹਾਂਜੀ ਹਾਂਜੀ, ਫੋਨ ਕਰਤੇ ਜੀ ਰਿਸ਼ਤੇਦਾਰਾਂ ਦੇ ਵੀ ਖਿਆਲ ਰੱਖੋ, ਸਾਡੇ ਪਿੰਡ ਇਸ ਤਰ੍ਹਾਂ ਵਾਰਦਾਤ ਹੋ ਗਈ ਹੈ, ਭਾਵੇਂ ਪਹਿਲਾਂ ਗੁਟਕਾ ਹੀ ਜਾਂ ਹੁਣ ਹੋਈ ਵਾਰਦਾਤ, ਵਾਰਦਾਤ ਵਾਰਦਾਤ ਹੀ। ਕਈ ਲੋਕ ਜਿਹੜੇ ਉਹ ਸੋਚ ਲੈਂਦੇ ਆ ਕਿ ਗੁਟਕਾ ਸਾਹਿਬ ਵਿਖਰੇ ਉੱਦਾਂ ਹੀ ਆ, ਪਰ ਗੁਟਕਾ ਸਾਹਿਬ ਵੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਆ ਉਹ, ਕਿਉਂਕਿ ਉਹਦੇ ਵਿੱਚੋਂ ਹੀ ਬਾਣੀ ਜਿਹੜੀ ਉਹ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਆ, ਕਿ ਉਹਦੇ ਵਿੱਚ ਜਿਹੜੇ ਗੁਟਕੇ ਸਾਹਿਬ 'ਚ ਹਰ ਇੱਕ ਤਰ੍ਹਾਂ ਦੀ ਬਾਣੀ ਲਿਖੀ ਹੁੰਦੀ ਆ, ਜਿੱਦਾਂ ਸੁਖਮਨੀ ਸਾਹਿਬ ਹੋਇਆ, ਜਪਜੀਤ ਸਾਹਿਬ, ਜਾਪ ਸਾਹਿਬ, ਅੰਮ੍ਰਿਤ ਸਵੇ, ਸਾਰੀਆਂ ਬਾਣੀ ਜਿਹੜੀਆਂ ਉਹ 'ਚ ਗੁਟਕੇ ਸਾਹਿਬ ਵਿੱਚ ਲਿਖੀਆਂ ਹੁੰਦੀਆਂ, ਉਹ ਵੀ ਹੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਗ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਬਹੁਤ ਵੱਡੀ ਬੇਅਬਦੀ ਹੋਈ ਹੈ, ਇਹਦੇ ਉੱਤੇ ਤਾਂ ਹੈਗੀ ਨਹੀਂ। ਕਈ ਲੋਕ ਕਹਿ ਦਿੰਦੇ ਵੀ ਇਹਦੂ ਵੀ ਉੱਤੇ ਘਟਨਾ ਕੋਈ ਹੋ ਸਕਦੀ, ਪਰ ਮੈਂ ਤਾਂ ਨਹੀਂ ਸੋਚਦਾ ਵੀ ਇਹਦੇ ਉੱਤੇ ਘਟਨਾ ਹੈਗੀ ਆਪਣੇ ਗੁਰਸਿੱਖਾਂ 'ਚ। ਪਰ ਇਹ ਕੋਈ ਵੀ ਕਿਸੇ ਨੇ ਵੀ ਗੁਟਕਾ ਸਾਹਿਬ ਇੱਥੇ ਰੱਖਣਾ ਹੋਵੇ ਤਾਂ ਬਾਬੇ ਦੀ ਗੈਰ ਹਾਜ਼ਰੀ 'ਚ ਨਾ ਰੱਖਣ, ਹਾਜ਼ਰੀ 'ਚ ਰੱਖਣ ਜੀ, ਪਾਟਾ ਹੋਵੇ ਚਾਹੇ ਕਿਵੇਂ ਵੀ ਹੋਵੇ, ਗੁਟਕਾ ਸਾਹਿਬ ਬਾਬਾ ਜੀ ਹਰੀ ਵੇਖ ਕੇ ਰੱਖਣਗੇ। ਇਹ ਹੁਣ ਪਤਾ ਨਹੀਂ ਭੁਲੇਖੇ ਨਾਲ ਚੁੱਕਿਆ ਗਿਆ ਅਤੇ ਬੇਅਬਦੀ ਹੋਈ ਹੈ ਅਤੇ ਭੁਲੇਖੇ ਨਾਲ ਹੋਇਆ, ਜਿੱਥੋਂ ਤੱਕ ਸਾਡੇ ਪਿੰਡ ਦੇ ਵੀ ਕਾਰੋਬਾਰ ਹੈ ਜੀ, ਇਹ ਬੇਅਬਦੀ ਨਹੀਂ ਹੋਈ ਜੀ, ਪਿੰਡ ਬਹੁਤ ਨੇਕ ਅਤੇ ਚੰਗਾ ਜੀ, ਸਾਰਾ ਏਕਾ ਹੀ ਰਹੇ। ਤੁਹਾਡੇ ਕੋਈ ਸਤਿਕਾਰ ਕਮੇਟੀ ਦਾ ਸਿੰਘ ਇੱਥੇ ਪਹੁੰਚਾ ਹੋਇਆ? ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਸਿੰਘ ਕੋਈ ਤੁਹਾਡੇ ਕੋਲ ਪਹੁੰਚਾ ਕੋਈ? ਨਹੀਂ ਜੀ, ਬਾਬਾ ਜੀ ਕੋਲ ਪਹੁੰਚਿਆ? ਨਹੀਂ ਜੀ, ਕੋਈ ਨਹੀਂ ਪਹੁੰਚਿਆ ਜੀ। ਇਹਦੀ ਸਲਾਹ ਹੈ ਜੀ ਸਾਰੇ ਨਗਰ ਦੀ ਵੀ ਖੰਡ ਪਾਠ ਸਾਹਿਬ ਧਰਾਇਆ ਜਾਵੇ, ਅਤੇ ਇਹ ਜਿਹੜੀ ਬੇਅਬਦੀ ਹੋਈ ਚਾਹੇ ਕਿਵੇਂ ਵੀ ਹੋਇਆ ਜੀ, ਇਹਨੂੰ ਉੱਥੇ ਗੋਂਦਵਾਲ ਸਾਹਿਬ ਗੁਟਕੇ ਸਾਹਿਬ ਚੜਾਇਆ ਦੇ ਵਜੋਂ ਤੁਸੀਂ ਪਛਤਾਵਾ ਕਰਦੇ ਜੀ, ਇਹਦੇ ਉੱਤੇ ਤਾਂ ਕੋਈ ਪਛਤਾਵਾ ਹੀ ਨਹੀਂ ਹੈਗਾ ਜੀ। ਕੱਲ੍ਹ ਨੂੰ, ਕੱਲ੍ਹ ਨੂੰ ਤਰਾਇਆ ਜਾਏਗਾ ਜੀ। ਹਾਂਜੀ ਭਾਈ ਸਾਹਿਬ, ਜਿੱਦਾਂ ਆਪਣੇ ਪੰਜਾਬ 'ਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਟਕੇ ਸਾਹਿਬ ਦੀ ਜਿਹੜੀ ਬਿਆਬਦੀ ਹੁੰਦੀ ਆ, ਤੁਸੀਂ ਉਸ ਦੇ ਬਾਰੇ ਆਪਣੇ ਜੋ ਪੂਰੀ ਦੁਨੀਆ ਦੇ ਸਿੱਖਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਤਾਂ ਇਹ ਕਹਿਣਾ ਚਾਹੁੰਦੇ ਵੀ ਜਿਹੜੀ ਬੇਅਬਦੀ ਹੋਈ ਹੈ ਚਾਹੇ ਹੋ ਰਹੀ ਹੈ, ਬਹੁਤ ਮਾੜਾ ਕੰਮ ਹੈ ਜੀ, ਇਹਦੇ ਉੱਤੇ ਹੋਰ ਸਿੱਖਾਂ ਬਾਰੇ ਕੀ ਮਾੜਾ ਹੋਣਾ ਜੀ। ਅਤੇ ਇਸ ਤਰ੍ਹਾਂ ਵੀ ਆਪੋ ਆਪਣੇ ਗੁਰਦੁਆਰਿਆਂ 'ਚ ਸਿੱਖ ਵੀ ਆਪੋ ਆਪਣੇ ਧਿਆਨ ਰੱਖਣ, ਪਿੰਡਾਂ ਦੇ ਲੋਕ ਚਾਹੇ ਗ੍ਰੰਥੀ ਸਾਹਿਬ ਕਿਵੇਂ ਵੀ,
ਅਤੇ ਗ੍ਰੰਥੀ ਸਾਹਿਬ ਵੀ ਸੋਚ ਵੇਖ ਕੇ ਰੱਖਿਆ ਜਾਏ, ਪਿਛੋਕੜ ਹੁੰਦਾ ਵੇਖ ਕੇ ਸਾਰਾ ਕੁਝ ਵੇਖ ਕੇ ਕੋਈ ਵੀ ਗ੍ਰੰਥੀ ਸਾਹਿਬ ਨਵਾਂ ਚਾਹੇ ਕਿਤੇ ਰੱਖਣਾ ਜੀ। ਹਾਂਜੀ, ਇਹ ਬਹੁਤ ਹੀ ਬੇਅਬਦੀ ਹੋ ਰਹੀ ਜੀ, ਐਦੂ ਵੱਧ ਹੋ ਰਿਹਾ ਪੰਜਾਬ ਦਾ ਆਪਣਾ, ਜਿੱਦਾਂ ਹੁਣ ਕਾਫੀ ਤਣਾਅ ਜਿੱਦਾਂ ਕਲੀਅਰ ਹੋ ਜਾਂਦਾ ਵਾ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਇਹ ਜੀ ਬਹੁਤ ਮਾੜਾ ਜੀ, ਸਿੱਖਾਂ ਵੀ ਆਪਸ ਵਿੱਚ ਜੁੜ ਕੇ ਰਹਿਣਾ ਚਾਹੀਦਾ, ਸ਼ਾਂਤੀ ਰੱਖਣੀ ਚਾਹੀਦੀ। ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਬੇਅਦੀ ਹੋਈ ਆ, ਉੱਥੇ ਕਈ ਵਾਰ ਮੁਜ਼ਾਹਰੇ ਕਰਨੇ ਪਏ, ਕਈ ਕੁਛ ਹੋਇਆ, ਨੌਜਵਾਨ ਸ਼ਹੀਦ ਹੋਏ, ਫੱਟੜ ਹੋਏ, ਇਸ ਬਾਰੇ ਕੀ ਕਹਿਣਾ ਚਾਹੁੰਦੇ? ਹਾਂਜੀ ਜੀ, ਬਹੁਤ ਮਾੜਾ ਹੋਇਆ ਜੀ, ਜਿਵੇਂ ਮੁਜ਼ਾਹਰੇ ਹੋਏ ਜੀ, ਨੌਜਵਾਨ ਸ਼ਹੀਦ ਹੋ ਗਏ, ਫੱਟੜ ਹੋ ਗਏ। ਹਾਂਜੀ, ਬਹੁਤ ਮਾੜੀ ਗੱਲ ਹੋਈ, ਸਿੱਖ ਕਤਲੇਆਮ ਹੋਇਆ। ਇਹ ਸੋਚ ਸਮਝ ਕੇ ਚੱਲਣਾ ਚਾਹੀਦਾ, ਏਕਾ ਕਰਨਾ ਚਾਹੀਦਾ ਸੰਗਤ ਨੂੰ, ਅਤੇ ਵਧੀਆ ਵੀ ਆਪਦੇ ਨਗਰ ਦਾ ਆਪ ਹੀ ਖਿਆਲ ਰੱਖਣਾ ਚਾਹੀਦਾ। ਆਪਾਂ ਨੂੰ ਜਿੱਥੇ ਜਿੱਥੇ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਭੀੜ ਹੈ, ਉੱਥੇ ਹੀ ਆਪਾਂ ਸਾਰਿਆਂ ਨੂੰ ਜਿਹੜਾ ਖਿਆਲ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਰੱਖਣਾ ਚਾਹੀਦਾ, ਅਤੇ ਆਪਣੇ ਕੈਮਰੇ ਜਿਹੜੇ ਆ ਉਹ ਵੀ ਲਾਉਣੇ ਚਾਹੀਦੇ ਆ, ਅਤੇ ਆਪਣਾ ਫਰਜ਼ ਬਣਦਾ ਸਾਰਿਆਂ ਦਾ ਕਿ ਆਪਾਂ ਇਹ ਜਦੋਂ ਆਪਾਂ ਆਪਣੇ ਘਰ ਦਾ ਜਾਂ ਆਪਣੇ ਸਮਾਨ ਦਾ ਖਿਆਲ ਰੱਖਦੇ ਹਾਂ, ਇਸ ਤੋਂ ਵੱਧ ਜਿਹੜਾ ਵਾ ਆਪਾਂ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ, ਕਿਉਂਕਿ ਇਸ ਇਹਦੇ 'ਚੋਂ ਜਿਹੜੇ ਹੋਰ ਲੋਕ ਜਿਹੜੇ ਆ, ਜਿੱਦਾਂ ਬਾਹਰਲੇ ਗੋਰੇ ਆ, ਅੰਗਰੇਜ਼, ਉਹਨਾਂ ਨੇ ਆਪਾਂ ਲਾਭ ਉਠਾ ਲਿਆ, ਆਪਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਕੁਛ ਵੀ ਆਪਾਂ ਖੱਟ ਨਹੀਂ ਸਕੇ। ਕਿਉਂਕਿ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਆਉਂਦੇ ਹਾਂ, ਆਪਾਂ ਨੂੰ ਨਹਾ ਧੋ ਕੇ ਸਾਫ਼ ਕੱਪੜੇ ਪਾ ਕੇ, ਕਈ ਨੰਗੇ ਪੈਰ ਲੋਕ ਚਲ ਜਾਂਦੇ ਆ, ਗੁਰਦੁਆਰਾ ਸਾਹਿਬ ਆ ਜਾਂਦੇ, ਨੰਗੇ ਪੈਰ ਵੀ ਆਉਣਾ ਨਹੀਂ ਚਾਹੀਦਾ, ਕਿਉਂਕਿ ਜਦੋਂ ਆਪਾਂ ਰਸਤੇ 'ਚ ਆਉਂਦੇ ਹਾਂ, ਉੱਥੇ ਕਈਆਂ ਥੁੱਕਿਆ ਹੁੰਦਾ ਜਾਂ ਤੰਬਾਕੂ ਲੋਕ ਖਾ ਕੇ ਚੜ੍ਹਦੇ ਆ, ਗੰਦਮੰਦ ਹੁੰਦਾ, ਆਪਾਂ ਨੂੰ ਬਿਲਕੁਲ ਸਾਫ਼ ਆਉਣਾ ਚਾਹੀਦਾ। ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਵੜਦੇ ਹਾਂ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ, ਉੱਥੇ ਜਦੋਂ ਆਪਾਂ ਅੰਦਰ ਵੜਦੇ ਹਾਂ, ਆਪਾਂ ਨੂੰ ਕਦੇ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਬਿਲਕੁਲ ਇੱਦਾਂ ਸਿੱਧੇ ਅੰਦਰ ਕਦੇ ਵੀ ਵੜਨਾ ਨਹੀਂ ਚਾਹੀਦਾ, ਆਪਾਂ ਨੂੰ ਜੋ ਫਤਿਹ ਬੁਲਾ ਕੇ ਫਿਰ ਅੰਦਰ ਵੜਨਾ ਚਾਹੀਦਾ। ਕਿਉਂਕਿ ਜਦੋਂ ਆਪਾਂ ਸਕੂਲ 'ਚ ਪੜ੍ਹਦੇ ਹਾਂ ਜਾਂ ਆਪਾਂ ਕਿਸੇ ਪ੍ਰਿੰਸੀਪਲ ਦੇ ਕੋਲ ਜਾਂਦੇ ਹਾਂ, ਕਿਸੇ ਅਧਿਆਪਕ ਦੇ ਕੋਲ ਜਾਂਦੇ ਹਾਂ, ਆਪਾਂ ਉਹਨੂੰ ਕਹਿੰਦੇ ਸਰ ਅਸੀਂ ਆ ਜਾਈਏ, ਕਿਤੇ ਇੱਦਾਂ ਜਿਹੜਾ ਵਾ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਆਪਾਂ ਅੰਦਰ ਵੜਦੇ ਹਾਂ, ਆਪਾਂ ਨੂੰ ਫਤਿਹ ਬੁਲਾਉਣ ਤੋਂ ਬਗੈਰ ਕਦੇ ਵੀ ਅੰਦਰ ਨਹੀਂ ਵੜਨਾ ਚਾਹੀਦਾ। ਉੱਥੇ ਫਿਰ ਆਪਾਂ ਨੂੰ ਜਿਹੜਾ ਵਾ ਚੌਰ ਸਾਹਿਬ ਜਿਹੜਾ ਜ਼ਰੂਰ ਕਰਨਾ ਚਾਹੀਦਾ, ਖੱਬੇ ਬੰਨੇ ਖੜੋ ਕੇ ਅਤੇ ਜਾਂ ਕਿਤੇ ਖੜੋ ਕੇ ਤੁਸੀਂ ਉਹ ਚੌਰ ਸਾਹਿਬ ਜਿਹੜਾ ਵਾ ਉਹ ਜ਼ਰੂਰ ਕਰਨਾ ਚਾਹੀਦਾ। ਫਿਰ ਆਪਾਂ ਜਿਹੜਾ ਵਾ ਆਪਾਂ ਨੂੰ ਜਿਹੜਾ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਜਿਹੜੀਆਂ ਖੁਸ਼ੀਆਂ ਜਿਹੜੀਆਂ ਵਾ ਆਪਾਂ ਨੂੰ ਉਹ ਜ਼ਰੂਰ ਬਖਸ਼ੂਗਾ, ਅਤੇ ਜਿੰਨਾ ਵੀ ਆਪਾਂ ਸਤਿਕਾਰ ਕਰਾਂਗੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਹੀ ਆਪਾਂ ਨੂੰ ਜਿਹੜੀਆਂ ਖੁਸ਼ੀਆਂ ਮਿਲਣਗੀਆਂ, ਜਿਹੜਾ ਇਹਦਾ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਖਿਆਲ ਰੱਖਣਾ ਚਾਹੀਦਾ। ਭਾਈ ਸਾਹਿਬ, ਤੁਸੀਂ ਇਸ ਬਾਰੇ ਕੀ ਜਾਣਕਾਰੀ ਦੇਣੀ ਚਾਹੁੰਦੇ ਕਿ ਜਿਹੜੇ ਆਪਾਂ ਨੂੰ ਇਸ ਦੀ ਜਿਹੜੀ ਰੱਖਿਆ ਆਪਾਂ ਧਿਆਨ ਰੱਖੀਏ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੀ ਆਪਣੇ ਸਾਰੀ ਸੰਗਤ ਦਾ ਫਰਜ਼ ਬਣਦਾ ਹੈ, ਨਾ ਕਿ ਇਕੱਲੇ ਪਾਠੀ ਦਾ ਫਰਜ਼ ਬਣਦਾ ਹੈ। ਪਾਠੀ ਦਾ ਇਹ ਫਰਜ਼ ਬਣਦਾ ਹੈ ਵੀ ਸੰਗਤਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰਨ ਤਾਂ ਕਿ ਸੇਵਾ ਸੰਭਾਲ ਗੁਰਦੁਆਰੇ ਦੀ ਕਰ ਸਕਣ। ਜਿਵੇਂ ਹੁਣ ਕੈਮਰੇ ਵੀ ਲੱਗ ਚੁੱਕੇ ਨੇ, ਜਿਨ੍ਹਾਂ ਦੇ ਕੈਮਰੇ ਨਹੀਂ ਲੱਗੇ ਪਿੰਡਾਂ 'ਚ, ਉਹਨਾਂ ਨੂੰ ਕੈਮਰੇ ਚਾਹੀਦੇ ਲਵਾਉਣੇ, ਅਤੇ ਪਾਠੀ ਸਿੰਘ ਦਾ ਸਹਿਯੋਗ ਵੀ ਦੇਣਾ ਚਾਹੀਦਾ ਹੈ। ਇਹ ਨਹੀਂ ਆਪਾਂ ਕਹਿ ਸਕਦੇ ਵੀ ਸੰਗਤ ਸਹਿਯੋਗ ਨਾ ਦੇਵੇ, ਇਕੱਲਾ ਪਾਠੀ ਵੀ ਕੁਛ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯਾਨੀ ਕਿ ਵੇਖੋ ਵੀ ਇਹ ਚੁੰਨੀਆਂ ਨਾਲ ਹੀ ਰੁਮਾਲੇ ਸਾਹਿਬ ਅਤੇ ਗ੍ਰੰਥ ਸਾਹਿਬ ਛਾਪ ਕੀਤੀ ਜਾਂਦੀਆਂ, ਚਾਹੇ ਇਹ ਵੀ ਬਹੁਤ ਬੇਅਬਦੀ ਹੈ ਜੀ। ਆਪਾਂ ਸੋਚਦੇ ਵੀ ਤੜਕੇ ਆਣ ਕੇ ਆਪਾਂ ਸਫਾਈ ਕੀਤੀ, ਆਪਾਂ ਨੂੰ ਫਲ ਮਿਲ ਗਿਆ ਜੀ, ਉਹ ਫਲ ਨਹੀਂ ਮਿਲਦਾ। ਜਦੋਂ ਆਪਾਂ ਗੱਲ ਕੀਤੀ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣੇ 'ਚ, ਚੌਰ ਸਾਹਿਬ ਕਰਦੇ ਹੱਥ ਮੂੰਹ ਧੋ ਕੇ ਚੱਪਲ ਪਾ ਕੇ ਆਉਣੇ, ਉਹ ਵੀ ਬਹੁਤ ਵਧੀਆ ਗੱਲ ਹੈ ਜੀ। ਅਤੇ ਬੀਬੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਹੈ ਜੀ, ਆਪਦੀਆਂ ਚੁੰਨੀਆਂ ਨਾਲ ਨਾ ਸਾਫ਼ ਕੀਤਾ ਜਾਏ, ਮੱਥਾ ਟੇਕਣ ਨਾਲ ਗੁਰਬਾਣੀ ਸੁਣਨ ਨਾਲ ਜਿੰਨਾ ਫਲ ਮਿਲਦਾ ਹੈ, ਉਹਨਾਂ ਕਰਮਕਾਂਡਾਂ ਨਾਲ ਨਹੀਂ ਮਿਲਦਾ ਜੀ। ਇਹ ਮੇਰੀ ਬਹੁਤ ਵਧੀਆ ਜਿਹੜੀ ਗੱਲ, ਮੇਰੇ ਵੀਰ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਕਈ ਜਦੋਂ ਬੀਬੀਆਂ ਆਉਂਦੀਆਂ ਵਾਂ, ਉਹ ਆਪਣੀਆਂ ਚੁੰਨੀਆਂ ਨਾਲ ਹੀ ਉਹ ਜਿਹੜੀ ਮਹਾਰਾਜ ਦੀ ਬੀੜ ਹੈ ਉਹਨੂੰ ਸਾਫ਼ ਕਰਨ ਲੱਗ ਪੈਂਦੀਆਂ।
ਜਦੋਂ ਵੀ ਆਪਾਂ ਸਾਫ਼ ਕਰਨਾ ਕਿ ਆਪਾਂ ਨੂੰ ਬਿਲਕੁਲ ਜਿਹੜਾ ਸੁੱਚਾ ਕੱਪੜਾ ਵਾ ਜਿਹੜਾ ਸਾਫ਼ ਕੱਪੜਾ ਉਹਦੇ ਨਾਲ ਹੀ ਉਹਨੂੰ ਸਾਫ਼ ਕਰਨਾ ਚਾਹੀਦਾ ਵਾ ਅਤੇ ਮਤਲਬ ਇਹ ਜਿਹਾ ਜਿਹੜਾ ਖਿਆਲ ਆਪਾਂ ਨੂੰ ਬਹੁਤ ਜ਼ਿਆਦਾ ਜਿਹੜਾ ਜ਼ਰੂਰੀ ਆ। ਇੱਕ ਵਾਹਿਗੁਰੂ ਜੀ, ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਸੰਗਤ ਨੂੰ ਇਹ ਬੇਨਤੀ ਕਰਦੇ ਹਾਂ ਵੀ ਸੰਗਤ ਗੁਰਦੁਆਰਾ ਸਾਹਿਬ ਆਉਂਦੀ ਹੈ ਅਤੇ ਜੇ ਹੁਣ ਆਪਾਂ ਰੁਮਾਲਾ ਚੁੱਕ ਕੇ ਦਰਸ਼ਨ ਕਰਦੇ ਹਾਂ, ਇਹ ਦਰਸ਼ਨ ਸ਼ਬਦ ਗੁਰੂ ਹੈ ਜੀ, ਇਹ ਆਪਣਾ ਅਭਿਆਸ ਨਾਲ ਦਰਸ਼ਨ ਹੋਣੇ ਆ। ਜੇ ਆਪਾਂ ਹੁਣ ਰੁਮਾਲਾ ਚੁੱਕਿਆ, ਰੁਮਾਲਾ ਚੁੱਕ ਕੇ ਤਾਂ ਆਪਾਂ ਕੀ ਉੱਥੋਂ ਦਰਸ਼ਨ ਕਰ ਲਏ, ਸ਼ਬਦ ਦੀ ਗੱਲ ਇਹ ਜੀ, ਸ਼ਬਦ ਨਾਲ ਇਹ ਬਹੁਤ ਇੱਕ ਜਿਵੇਂ ਇੱਕ ਆਪਦੇ ਮਨ ਮਾਤੇ ਜੀ ਜਿਵੇਂ ਜਾ ਕੇ ਰੁਮਾਲਾ ਜਾਂ ਗ੍ਰੰਥੀ ਸਾਹਿਬ ਨੂੰ ਕਹਿਣਾ ਵੀ ਤੁਸੀਂ ਸਾਨੂੰ ਦਰਸ਼ਨ ਕਰਾਓ, ਇਸ ਤਰ੍ਹਾਂ ਦਰਸ਼ਨ ਨਹੀਂ ਹੁੰਦੇ। ਸੰਗਤਾਂ 'ਚ ਬੇਨਤੀ ਚਰਨਾਂ ਦੇ ਵਿੱਚ ਇਹ ਕੀਤੀ ਜਾਂਦੀ ਵੀ ਇਸ ਤਰ੍ਹਾਂ ਨਾ ਕਰਨ, ਇਹ ਅਭਿਆਸ ਕਰਨ, ਸਿਮਰਨ ਕਰਨ, ਫਿਰ ਹੀ ਸਾਰਾ ਕੁਛ ਬਣਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਸੰਗਤ ਸੁਣਦੀ ਜੀ, ਮੇਰੇ ਹੱਥ ਜੋੜ ਕੇ ਬੇਨਤੀ ਹੈ ਸੰਗਤ ਨੂੰ ਵੀ ਜਦੋਂ ਭਾਈ ਸਾਹਿਬ ਦੇ ਵੀ ਇਕੱਲੇ ਦੇ ਵੱਸ ਨਹੀਂ ਹੁੰਦਾ, ਕਿਉਂ ਜਿਵੇਂ ਨਗਰ ਕਹਿੰਦਾ ਉਵੇਂ ਕਰਦੇ ਆ, ਨਗਰ ਨੂੰ ਵੀ ਸੋਚਣਾ ਚਾਹੀਦਾ, ਗ੍ਰੰਥੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ। ਜਦੋਂ ਵੀ ਪ੍ਰਸ਼ਾਦ ਹੋਰ ਕੋਈ ਦੇਵੇ, ਜਦੋਂ ਗ੍ਰੰਥੀ ਸਾਹਿਬ ਦਿੰਦਾ ਚਾਹੇ ਤਾਂ ਮੇਰੇ ਵਰਗੇ ਹੱਥ ਜੂਠੇ ਹੁੰਦੇ, ਜਦੋਂ ਬਾਹਰੋਂ ਸੰਗਤ ਆਉਂਦੀ ਚਾਹੇ ਕਿਵੇਂ ਵੀ ਆਉਂਦੀ, ਉਹਦੇ ਹੱਥਾਂ ਨਾਲ ਹੱਥ ਲੱਗਦੇ ਨਾਲੇ ਜੀ, ਨਾਲੇ ਉਹ ਪ੍ਰਸ਼ਾਦ ਮਿੱਠੇ ਵਾਲੇ ਹੱਥ ਲਾ ਕੇ ਉਵੇਂ ਗ੍ਰੰਥੀ ਸਾਹਿਬ ਉੱਤੇ ਫੇਰ ਦਿੰਦਾ ਮਹਾਰਾਜ ਦੇ, ਉਹ ਵੀ ਬਹੁਤ ਮਾੜਾ ਅਤੇ ਬੇਅਬਦੀ ਹੈ। ਇਸ ਤੋਂ ਉੱਤੇ ਗੁਰਬਾਣੀ 'ਚੋਂ ਲਿਖਿਆ, ਸਵਾਲ ਜਵਾਬ ਦੋਨੋਂ ਕਰੇ ਮੁੱਢੇ ਕੁੱਥਾ ਜਾਏ। ਹਾਂਜੀ, ਆਪਾਂ ਨੂੰ ਇਹ ਸੋਚਣਾ ਚਾਹੀਦਾ, ਗੁਰਬਾਣੀ ਦੇ ਨਾਲ ਚੱਲਣਾ ਚਾਹੀਦਾ, ਸੁਣਨੀ ਚਾਹੀਦੀ ਅਤੇ ਸਮਝਣੀ ਚਾਹੀਦੀ, ਕੋਈ ਵੀ ਕਰਮ ਕਾਟ ਨਾ ਕੀਤਾ ਜਾਏ। ਜੇ ਇੱਕ ਵੇਲੇ ਆਪਾਂ ਨੂੰ ਪ੍ਰਸ਼ਾਦ ਨਹੀਂ ਮਿਲਿਆ ਤਾਂ ਕੋਈ ਵੱਡੀ ਗੱਲ ਨਹੀਂ ਹੁੰਦੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜਿਹੜੀ ਗੱਲ ਮੇਰੇ ਵੀਰ ਨੇ ਦੱਸੀ ਆ ਕਿ ਜਿਹੜਾ ਗ੍ਰੰਥੀ ਸਿੰਘ ਆ ਉਹ ਜਦੋਂ ਪਾਠ ਕਰਦਾ ਹੁੰਦਾ ਵਾ, ਜਦੋਂ ਪਾਠ ਕਰਕੇ ਹਟ ਜਾਂਦਾ ਵਾ ਅਤੇ ਪ੍ਰਸ਼ਾਦ ਲੈਣ ਵਾਲੇ ਹੁੰਦੇ ਲੋਕ ਉਹਨਾਂ ਨੂੰ ਸੰਗਤਾਂ ਨੂੰ ਪ੍ਰਸ਼ਾਦ ਦਿੰਦਾ, ਫਿਰ ਉਹ ਪ੍ਰਸ਼ਾਦ ਦੇ ਕੇ ਅਤੇ ਫਿਰ ਪਾਠ ਕਰਨ ਲੱਗ ਪੈਂਦਾ। ਇਸੇ ਤਰ੍ਹਾਂ ਨਹੀਂ ਕਰ ਜਾਂਦਾ, ਇੱਕ ਜਿਹੜਾ ਕੋਈ ਆਦਮੀ ਵੱਖਰਾ ਜਿਹੜਾ ਪ੍ਰਸ਼ਾਦ ਵਾਸਤੇ ਬਿਠਾਉਣਾ ਚਾਹੀਦਾ ਵਾ ਕਿ ਇਸ ਤਰ੍ਹਾਂ ਜਿਹੜੀ ਨਾ ਹੋਏ। ਇੱਕ ਜਦੋਂ ਆਪਣੇ ਨਾ ਅਸੀਂ ਬਾਹਰ ਵੇਖਿਆ, ਬਾਹਰ ਤਾਂ ਬਹੁਤ ਵਧੀਆ ਸਿਸਟਮ ਬਣਾਏ ਹੋਏ ਆ, ਉਹ ਇੱਕ ਤਾਂ ਉਹਨਾਂ ਨੇ ਕੈਮਰੇ ਵੀ ਲਾਏ ਹੋਏ ਪੂਰੇ ਹਾਲਾਂ ਵਿੱਚ, ਇੱਕ ਉਹਨਾਂ ਨੇ ਜਦੋਂ ਆਪਣਾ ਪਾਠੀ ਸਿੰਘ ਪਾਠ ਕਰਨ ਵਾਸਤੇ ਬਹਿੰਦਾ ਉਹਦੇ ਮਗਲੇ ਸਾਈਡ 'ਤੇ, ਇੱਕ ਤਾਂ ਉਹਨਾਂ ਨੇ ਹੱਥ ਧੋਣ ਵਾਸਤੇ ਉੱਥੇ ਬਣਾਇਆ ਹੋਇਆ ਵਾ, ਇੱਕ ਉਹਨਾਂ ਨੇ ਆਪਣੇ ਗਲ 'ਚ ਜਿਹੜਾ ਆਪਾਂ ਪਾਉਂਦੇ ਹਾਂ ਉਹ ਹਜੂਰੀ ਆ, ਉਹ ਵੀ ਜਿਹੜਾ ਵਾ ਬਹੁਤ ਜ਼ਰੂਰੀ ਚਾਹੀਦਾ ਵਾ। ਬਾਹਰਲੇ ਮੁਲਕ ਨੇ ਦੇਖਿਆ ਕਿ ਉਹ ਹਜੂਰੀਆ ਸਾਹਿਬ ਉੱਥੇ ਜ਼ਰੂਰ ਹੁੰਦਾ ਵਾ, ਪਰ ਇਸ ਜਿਹੜੇ ਗੁਰਦੁਆਰੇ ਅਸੀਂ ਦੇਖਦੇ ਉੱਥੇ ਬਿਲਕੁਲ ਹਜੂਰੀਆ ਨਹੀਂ ਹੁੰਦਾ, ਉਹ ਜਿਹੜਾ ਵੀ ਉਹ ਵੀ ਬਹੁਤ ਜ਼ਰੂਰੀ ਆ। ਕਿਉਂਕਿ ਕਈ ਵਾਰ ਜਿਹੜੇ ਆ ਪਾਠੀ ਸਿੰਘ ਆ ਉਹ ਜਦੋਂ ਪਾਠ ਕਰਦੇ ਕਰਦੇ ਖਾਜ ਕਰਨ ਲੱਗ ਪੈਂਦੇ ਜਾਂ ਕਿੱਦਾਂ, ਅਤੇ ਉਹ ਜਿਹੜਾ ਹਜੂਰੀਆ ਬਹੁਤ ਜ਼ਰੂਰੀ ਆ। ਇੱਕ ਜਿਹੜਾ ਮੋਬਾਇਲ ਫੋਨ ਜਿਹੜਾ ਨਾ ਬਿਲਕੁਲ ਉਹ ਪਾਠੀ ਸਿੰਘ ਦੇ ਕੋਲ ਬਿਲਕੁਲ ਨਹੀਂ ਚਾਹੀਦਾ ਉਸ ਵਕਤ, ਕਿ ਪਾਠੀ ਸਿੰਘ ਅਸੀਂ ਵੇਖਿਆ ਕਿ ਉਹਨਾਂ ਦੇ ਕੋਲ ਜਿਹੜੇ ਮੋਬਾਇਲ ਹੁੰਦੇ ਆ ਤਾਂ ਉਹ ਮੋਬਾਇਲ ਜਿੱਦਾਂ ਵਾਈਬ੍ਰੇਸ਼ਨ ਦੇ ਕੇਅਰ ਲਾਏ ਹੁੰਦੇ ਆ ਅਤੇ ਜਦੋਂ ਕੋਈ ਮਿਸ ਕਾਲ ਮਾਰਦਾ ਕੋਈ ਤਾਂ ਉਹ ਵੇਖਣ ਲੱਗ ਪੈਂਦੇ ਆ, ਕਿਉਂ ਉਹਨੂੰ ਜਿਹੜੇ ਮੋਬਾਇਲ ਨੂੰ ਗੰਦੇ ਮੰਦੇ ਹੱਥ ਲੱਗੇ ਹੁੰਦੇ ਆ, ਉਹ ਹੀ ਮੋਬਾਇਲ ਜਿਹੜਾ ਵਾ ਮੁੜ ਕੇ ਉਹ ਜਿਹੜਾ ਵਾ ਹੱਥ ਜਿਹੜੇ ਉਹ ਮਹਾਰਾਜ ਨੂੰ ਲੱਗਦੇ ਆ, ਉਹ ਵੀ ਜਿਹੜੀ ਵਿਅਵਧੀ ਉਹ ਹੁੰਦੀ। ਇਹੋ ਜਿਹੀਆਂ ਗੱਲਾਂ ਦਾ ਆਪਾਂ ਨੂੰ ਨਿੱਕੀ ਨਿੱਕੀ ਚੀਜ਼ ਦਾ ਨਾ ਬਹੁਤ ਜ਼ਿਆਦਾ ਖਿਆਲ ਰੱਖਣਾ ਚਾਹੀਦਾ, ਆਪਾਂ ਨੂੰ ਫਿਰ ਖੁਸ਼ੀਆਂ ਮਿਲਣਗੀਆਂ ਮਹਾਰਾਜ ਦੀਆਂ ਕਿ ਆਪਾਂ ਜਿਹੜੇ ਆ ਇਸੇ ਤਰ੍ਹਾਂ ਨਾਲ, ਇੱਦਾਂ ਨਾ ਹੋਵੇ ਕਈ ਲੋਕ ਜਿਹੜੇ ਆ ਪਾਰਟੀਬਾਜ਼ੀ ਬਣਾਉਂਦੇ ਆ ਜਾਂ ਕੋਈ ਗ੍ਰੰਥੀ ਸਿੰਘ ਹੁੰਦਾ ਵਾ ਉਹ ਨਿਕੰਮਾ ਹੁੰਦਾ ਵਾ, ਕਈ ਕਹਿੰਦੇ ਅਸੀਂ ਕੱਢਣਾ ਵਾ, ਕਈ ਕਹਿੰਦੇ ਨਹੀਂ ਕੱਢਣਾ, ਇਸੇ ਕਰਕੇ ਇੱਦਾਂ ਦੀ ਜਿਹੜੀ ਪਾਰਟੀਬਾਜ਼ੀ ਉਹ ਵੀ ਪਿੰਡ ਵਿੱਚ ਬਿਲਕੁਲ ਨਹੀਂ ਹੋਣੀ ਚਾਹੀਦੀ, ਕਿ ਜੇ ਪਾਰਟੀ ਸਿੰਘ ਚੰਗਾ ਤਾਂ ਉਹਨੂੰ ਰੱਖੋ, ਨਹੀਂ ਤਾਂ ਉਹਨੂੰ ਜਿਹੜੇ ਸਾਰੇ ਰਲ ਕੇ ਉਹਨੂੰ ਸਾਈਡ 'ਤੇ ਕਰ ਦਿਓ, ਹੋਰ ਕੋਈ ਪਾਰਟੀ ਸਿੰਘ ਜਿਹੜਾ ਉਹ ਲਿਆਉਣਾ ਚਾਹੀਦਾ, ਅਤੇ ਛੋਟੇ ਛੋਟੇ ਚੀਜ਼ਾਂ ਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ। ਹਾਂਜੀ ਮੇਰੇ ਵੀਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਸ ਕੁਛ ਨਹੀਂ ਕਹਿਣਾ, ਮੈਂ ਜਿਹੜਾ ਕੁਛ ਕਹਿਣਾ ਵਾ ਕਹਿ ਚੁੱਕੇ ਸਾਰੇ ਜਾਣੇ। ਨਹੀਂ ਨਹੀਂ ਤੂੰ ਵੀ ਤੁਸੀਂ ਥੋੜ੍ਹੀ ਜਾਣਕਾਰੀ ਦਿਓ। ਕੋਈ ਨਹੀਂ ਜਾਣਕਾਰੀ, ਬਸ ਬੇਅਦਬੀ ਜਿਹੜੀ ਹੋਈ ਬਹੁਤ ਮਾੜਾ ਕੰਮ ਆ, ਅਤੇ ਬਸ ਆਪਦਾ ਅੱਗੇ ਤੋਂ ਖਿਆਲ ਰੱਖਣ ਸਾਰੀ ਸੰਗਤਾਂ ਰਲ ਕੇ। ਤੁਹਾਡਾ ਪਿੰਡ ਇਹੀ ਆ? ਹਾਂਜੀ ਇਹੀ ਆ ਜੀ। ਤੁਸੀਂ ਜਦੋਂ ਇੱਥੇ ਪਹਿਰਾ ਦਿੰਦੇ ਤੁਸੀਂ ਵੀ ਕਦੇ ਇੱਥੇ ਆਏ ਸੀ? ਹਾਂਜੀ ਪਹਿਲੇ ਦਿਨ ਇਹੀ ਸਟਾਰਟ ਕੀਤਾ ਜੀ ਪਹਿਰਾ, 7-8 ਦਿਨ ਦਿੰਦੇ ਰਹੇ ਪਹਿਰਾ।
8 ਦਿਨ ਪਹਿਰਾ ਤੁਸੀਂ ਦਿੰਦੇ ਰਹੇ ਤੇ ਬਾਅਦ ਚ ਕੀ ਗੱਲ ਹੋ ਗਈ? ਬਾਅਦ ਚੋਂ ਪਿੰਡ ਦੇ ਕਹਿਣ ਲੱਗ ਗਏ ਕਿ ਜਿਵੇਂ ਤੁਹਾਡਾ ਇਹਨਾਂ ਨਾਲ ਲੱਗ ਜਾਏ ਕਿਤੇ ਐਵੇਂ ਤੁਸੀਂ ਰੋਜ਼ ਦਿਹਾੜੀ ਦਿੰਦੇ ਰਹਿੰਦੇ ਪਹਿਰਾ, ਅਸੀਂ ਤਾਂ ਦਿੱਤਾ ਸੀ ਪਹਿਰਾ 7-8 ਦਿਨ ਲਗਾਤਾਰ ਰਾਤ ਵੀ ਸੁਣਦੇ ਰਹੇ। ਹਾਂ ਇਹ ਮੇਰੇ ਵੀਰ ਨੇ ਬਹੁਤ ਵਧੀਆ ਗੱਲ ਕਹੀ ਆ ਕਿ ਇਹ ਪਹਿਰਾ ਦੇ ਰਹੇ ਸੀ ਕਿਸੇ ਮਾੜੀ ਬਿਰਤੀ ਵਾਲੇ ਆਦਮੀ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਪਹਿਰਾ ਦਿੰਦੇ ਕਿ ਤੁਹਾਡਾ ਨਾਂ ਅਗਲੇ ਲੱਗ ਜਾ ਕਿਤੇ। ਮਾੜੀ ਸੋਚ ਵਾਲੇ ਜਿਹੜੇ ਆਦਮੀ ਆ ਉਹ ਵੀ ਬਹੁਤ ਢਹਿੰਦੀ ਕਲਾ ਵਾਲੇ ਆਦਮੀ ਜਿਹੜੇ ਹੁੰਦੇ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਆ। ਚੜ੍ਹਦੀ ਕਲਾ 'ਚ ਹਮੇਸ਼ਾ ਰਹਿਣਾ ਚਾਹੀਦਾ ਵਾ, ਚੜ੍ਹਦੀ ਕਲਾ ਵਾਲੀ ਜਿਹੜੀ ਗੱਲ ਉਹ ਚਾਹੀਦੀ ਕਰਨੀ। ਉਸ ਆਦਮੀ ਨੂੰ ਚਾਹੀਦਾ ਕਿ ਤੁਸੀਂ ਪਹਿਰਾ ਦਿਓ ਤੁਹਾਡੇ ਨਾਲ ਅਸੀਂ, ਪਰ ਉਹਨੇ ਇਹਨਾਂ ਨੂੰ ਡਰਾਤਾ ਕਿ ਤੁਹਾਡਾ ਨਾਂ ਨਾ ਕਿਤੇ ਲੱਗ ਜਾਏ। ਵੀਰ ਜੀ ਤੁਸੀਂ ਇਹੋ ਜਿਹੀ ਕਦੇ ਵੀ ਢਹਿੰਦੀ ਜਿਹੜੀ ਗੱਲ ਆ ਕੋਈ ਤੁਹਾਨੂੰ ਕਹਿੰਦਾ ਵਾ ਤੁਸੀਂ ਉਹਦੇ ਕਦੇ ਵੀ ਤੁਸੀਂ ਉਹਦਾ ਖਿਆਲ ਰੱਖਣਾ, ਚੜ੍ਹਦੀ ਕਲਾ ਵਿੱਚ ਰਹਿਣਾ, ਚੜ੍ਹਦੀ ਕਲਾ ਜਿਹੜੀ ਗੱਲ ਹਮੇਸ਼ਾ ਕਰਦੇ ਰਹਿਣਾ। ਅਤੇ ਤੁਸੀਂ ਹੁਣ ਤੁਸੀਂ ਕਿੱਦਾਂ ਇੱਥੇ ਕੋਈ ਪਹਿਰਾ ਦਿੰਦਾ ਹੁਣ ਕਿ ਨਹੀਂ? ਹੁਣ ਕੈਮ CCD ਕੈਮਰੇ ਲੱਗ ਚੁੱਕੇ ਨੇ ਅਤੇ ਪਹਿਰਾ ਹੀ ਆ, ਹਰ ਵੇਲੇ ਵੀਡੀਓ ਬਣਦੀ ਰਹਿੰਦੀ 24 ਘੰਟੇ। ਨਹੀਂ ਜਿਹੜਾ ਤੁਸੀਂ ਮੈਂ ਜਿਹੜੀ ਤੁਹਾਡੀ ਵੀਡੀਓ ਬਣਦੀ ਆ ਉਹ ਵੀ ਦੇਖਿਆ ਵਾ, ਉਹ ਵੀ ਅੰਦਰ ਹੀ ਪਈ ਹੋਈ ਆ। ਉਹ ਜਿਹੜਾ ਕੋਈ ਅਪਰਾਧੀ ਕੋਈ ਆ ਸਕਦਾ ਉਹ ਤਾਂ ਚੁੱਕ ਕੇ ਲੈ ਜਾਊਗਾ, ਉਹ ਤਾਂ ਤੁਹਾਡਾ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ। ਇਹ ਜਿਹੜੀ ਤੁਹਾਡੀ ਇਹ ਫੋਟੋਜ਼ ਆ ਇਹ ਹੋਰ ਕਿਤੇ ਸੇਫ ਜਗ੍ਹਾ ਚਾਹੀਦੀ ਆ, ਇਸ ਬਾਰੇ ਤੁਸੀਂ ਕਦੇ ਸੋਚਿਆ? ਜਿੰਦਰੇ ਵੱਜੇ ਹੋਏ ਗੁਰਦੁਆਰਾ ਸਾਹਿਬ ਨੂੰ, ਜਦੋਂ ਗੁਰਦੁਆਰਾ ਸਾਹਿਬ ਸਵੇਰੇ ਨੇਤਰਾ ਸਾਹਿਬ ਸਾਰਾ ਕੁਝ ਹੋ ਜਾਂਦਾ ਸਵੇਰੇ ਸ਼ਾਮ, ਅਤੇ ਉਦੋਂ ਬਾਅਦ ਜਿੰਦਰੇ ਵੱਜ ਜਿਹੜਾ ਜਿੰਦਾ ਨਾ ਜਿੰਦਾ ਹੈਗਾ ਸਿਰਫ ਸਾਧਾਂ ਵਾਸਤੇ, ਚੋਰਾਂ ਵਾਸਤੇ ਜਿੰਦਾ ਨਹੀਂ ਹੁੰਦਾ। ਜਿੰਦਾ ਜਿਹੜਾ ਤੁਸੀਂ ਸੋਚਦੇ ਆ ਜਿੰਦਾ ਤਾਂ ਬਹੁਤ ਮਾਮੂਲੀ ਚੀਜ਼ ਆ। ਬਸ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਫੁਟੇਜ ਤੁਹਾਡੀ ਜਿਹੜੀ ਆ ਇਹ ਤੁਸੀਂ ਕਿਸੇ ਸੇਫ ਜਗ੍ਹਾ 'ਤੇ ਲੈ ਕੇ ਜਾਓ। ਹਾਂਜੀ ਹਾਂਜੀ ਕੋਈ ਨਾ, ਅੱਗੇ ਤੋਂ ਕਰਦੇ ਹਾਂ ਉਪਰਾਲਾ ਕਿ ਜਿਹੜੇ ਕੈਮਰੇ ਹੋਰ ਕਿਤੇ ਲਾ, ਮੀਨਸ ਕਿ ਜਿਹੜਾ ਸਾਰਾ ਕੁਛ ਹੁੰਦਾ ਹੈਗਾ ਵਾ ਹੋਰ ਕਿਤੇ ਸੇਫ ਜਗ੍ਹਾ 'ਤੇ ਰੱਖਦੇ ਹਾਂ, ਵੀਡੀਓ ਚੇਂਜ ਕਰਦੇ ਹਾਂ। ਵਾਹਿਗੁਰੂ ਜੀ ਕੀ ਫਤਿਹ। ਬਾਕੀ 150 ਪਿੰਡ ਦਾ ਘਰ ਜੇ ਪਹਿਰਾ ਵੀ ਦਿੱਤੀ ਜਾਣ ਤਾਂ 3 ਕੁ ਮਹੀਨਿਆਂ ਬਾਅਦ ਵਾਰੀ ਆਉਂਦੀ, ਮੇਰੇ ਕਹਿਣ ਦਾ ਮਤਲਬ 3 ਮਹੀਨਿਆਂ ਬਾਅਦ 2 ਮਹੀਨਿਆਂ ਬਾਅਦ ਤਾਂ ਕੋਈ ਵੱਡੀ ਗੱਲ ਨਹੀਂ ਜੇ ਪਹਿਰਾ ਵੀ ਨਾਲ ਦਿੱਤਾ ਜੇ, ਨਾਲੇ ਪਿੰਡ ਦੀ ਸੁਰੱਖਿਆ ਨਾਲੇ ਮਹਾਰਾਜ ਦੀ ਸੁਰੱਖਿਆ। ਬਹੁਤ ਵਧੀਆ ਜਿਹੜਾ ਸੁਝਾਅ ਦਿੱਤਾ, ਜੇ ਅਸੀਂ ਪਹਿਰਾ ਰੱਖਾਂਗੇ ਮਹਾਰਾਜ ਦੀ ਗਾੜੀ ਤਾਂ ਬਹੁਤ ਵਧੀਆ ਗੱਲ ਆ। ਇੱਕ ਤਾਂ ਮਾਹੌਲ ਜਿਹੜਾ ਸਹੀ ਰਹੂਗਾ, ਇੱਕ ਜਿਹੜਾ ਸੰਗਤਾਂ ਨੂੰ ਖੁਸ਼ੀਆਂ ਮਹਾਰਾਜ ਦਿੰਦਾ ਵਾ ਇਹਨਾਂ ਨੂੰ। ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਆਪਾਂ ਆਵਾਂਗੇ ਇੱਥੋਂ ਕੁਛ ਸਿੱਖ ਕੇ ਜਾਵਾਂਗੇ ਜੀ, ਸੰਗਤ ਦੇ ਵਿੱਚ ਸਭ ਕੁਛ ਜੀ, ਜੋ ਸੰਗਤ ਵਿੱਚ ਰਹਾਂਗੇ ਆਪਾਂ ਨੂੰ ਚੰਗੇ ਗੁਣ ਮਿਲਣਗੇ, ਇੱਥੋਂ ਚੰਗੇ ਗੁਣਾਂ ਨਾਲ ਜ਼ਿੰਦਗੀ ਚੰਗੀ ਬਣੇਗੀ ਜੀ। ਹਾਂਜੀ ਸਾਨੂੰ ਜਿੱਦਾਂ ਛੋਟੇ ਬੱਚੇ ਆ ਉਹਨਾਂ ਦਾ ਵੀ ਸਮਝਾਉਣਾ ਚਾਹੀਦਾ ਕਿ ਕਿਸ ਤਰ੍ਹਾਂ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਅਤੇ ਕਿੱਦਾਂ ਤੁਸੀਂ ਉੱਥੇ ਜਿਹੜੇ ਆ ਗੁਰਬਾਣੀ ਜਿਹੜੀ ਆ ਉਹ ਵੀ ਬੱਚਿਆਂ ਨੂੰ ਜਿਹੜੀ ਆ ਉਹ ਜ਼ਰੂਰ ਸਿਖਾਉਣੀ ਚਾਹੀਦੀ ਆ, ਕਿਉਂਕਿ ਜਿਹੜਾ ਆਉਣ ਵਾਲਾ ਟਾਈਮ ਆ ਉਹ ਵੀ ਜਿਹੜਾ ਚੰਗਾ ਜਿਹੜਾ ਟਾਈਮ ਲੰਘ ਜਾਵੇ। ਤੁਸੀਂ ਸਾਰਿਆਂ ਨੇ ਸਿੱਖ ਚਲੋ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਵੀ ਗੱਲ ਜੀ ਬੱਚਿਆਂ ਨੂੰ ਘਰੋਂ ਹੀ ਸਮਝਾਉਣਾ ਚਾਹੀਦਾ ਮਾਤਾ ਪਿਤਾ ਨੂੰ, ਵੀ ਜਾਣੀ ਕਿ ਭਾਈ ਸਾਹਿਬ ਵਿਚਾਰਾ ਕਹਿੰਦਾ ਉਲਟਾ ਇਹਦੇ 'ਤੇ ਆਣ ਕੇ ਲੜਨ ਲੱਗ ਜਾਂਦੇ। ਕਈ ਲੋਕ ਇਹੋ ਜਿਹੇ ਹੁੰਦੇ ਜਿਹੜੇ ਮਨਮੁੱਖ ਲੋਕ ਹੁੰਦੇ, ਪਤਾ ਨਹੀਂ ਗੁਰਬਾਣੀ ਬਾਰੇ, ਉਹ ਬਸ ਕਰਮ ਕਾਂਡਾਂ ਤੱਕ ਹੀ ਸੀਮਤ ਨੇ, ਗੁਰਬਾਣੀ ਬਾਰੇ ਨਹੀਂ ਸੀਮਤ। ਉਹ ਫਿਰ ਇਸ ਤਰ੍ਹਾਂ ਵੀ ਮਾੜਾ ਮੋਟਾ ਭਾਈ ਸਾਹਿਬ ਵੀ ਆਹ ਦਾ ਲੜਨ ਲੱਗ ਜਾਂਦੇ ਅਤੇ ਉਹ ਹੋ ਜਾਏਗਾ, ਫਲਾਨ ਹੋ ਜਾਏਗਾ, ਟਿੰਗ ਹੋ ਜਾਏਗਾ ਜੀ। ਇਹ ਵੀ ਮੈਂ ਹੱਥ ਜੋੜ ਕੇ ਬੇਨਤੀ ਹੈ ਬੀਬੀਆਂ ਨੂੰ, ਬੱਚਿਆਂ ਨੂੰ ਘਰੋਂ ਹੀ ਸਮਝਾਏ ਕੱਲਨ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਬੇਨਤੀ ਜੀ ਹੋਰ ਇਹ ਵੀ ਇਹ ਸਿੱਖ ਕੌਮ ਵਾਸਤੇ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ ਵਿੱਚ ਜਿਵੇਂ ਹੁਣ ਪਾਠੀ ਸਿੰਘ ਨੇ, ਉਹਨਾਂ ਨੂੰ ਇਹ ਚਾਹੀਦਾ ਵੀ ਬੱਚਿਆਂ ਨੂੰ ਪਾਠ ਜ਼ਰੂਰ ਸਿਖਾਉਣ, ਰਹਿਤ ਮਰਿਆਦਾ ਸਿਖਾਉਣ, ਤਾਂ ਕਿ ਜੇ ਕੋਈ ਇਹੋ ਜਿਹੇ ਜਦੋਂ ਹੁਣ ਬੱਚਾ TV ਵੇਖਦਾ ਰਹਿੰਦਾ ਜਾਂ ਕੋਈ ਹੋਰ ਕੁਛ ਕਰਦਾ ਉਦੋਂ ਫਿਰ ਉਹਦੇ ਮਨ ਵਿੱਚ ਉਹ ਹੀ ਭਰਿਆ ਜਾਂਦਾ। ਜੇ ਆਪਾਂ ਬੱਚਿਆਂ ਨੂੰ ਬਾਣੀ ਸਿਖਾਵਾਂਗੇ, ਗੁਰਬਾਣੀ ਵਾਲੇ ਜੋੜਾਂਗੇ ਤਾਂ ਫਿਰ ਆਪਾਂ ਬਹੁਤ ਜੀਵਨ ਸੁਖੀ ਹੋ ਜਾਏਗਾ ਜੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਆ ਵਿਆਪਦੀ ਆ, ਇੱਕ ਭਲੱਥ ਜਿਹੜਾ ਵਾ ਕਪੂਰਥਲੇ ਸ਼ਹਿਰ ਦਾ ਪਿੰਡ ਆ ਉਹ, ਉੱਥੇ ਜਿਹੜੀ ਸੀ ਕੋਈ ਸ਼ਰਾਬੀ ਆਦਮੀ ਜਿਹੜਾ ਸੀ ਉੱਥੇ ਉਹ ਸ਼ਰਾਬ ਲੈ ਕੇ ਗਿਆ ਅਤੇ ਉਹਨੇ ਜਿੱਦਾਂ
ਪਤਾ ਲੱਗਾ ਕਿ ਉਹ ਜੋੜੇ ਲੈ ਕੇ ਇਹ ਅੰਦਰ ਚਲੇ ਗਿਆ ਅਤੇ ਉੱਥੇ ਜੋ ਪਾਠ ਕਰੇ ਉੱਥੇ ਰੁਮਾਲੇ ਸਾਹਿਬ ਲਾਉਣ ਦੀ ਕੋਸ਼ਿਸ਼ ਕੀਤੀ, ਉਹ ਵੀ ਦੇਖੋ ਕਿੱਡੀ ਵੱਡੀ ਮਾੜੀ ਗੱਲ ਆ ਜਿਹੜੀ ਉਹਨੇ ਕੀਤੀ ਆ। ਫਿਰ ਚਾਣਕੀਆ ਪਿੰਡ ਵਿੱਚ ਹੀ ਹੋਇਆ, ਫਿਰ ਆਹ ਜੋ ਪਿੰਡ ਆਪਣਾ ਬੰਬ ਬਡਾਲਾ ਵਿੱਚ ਹੀ ਹੋਇਆ, ਫਿਰ ਇੱਕ ਪਿੰਡ ਹੋਰ ਆ ਉੱਥੇ ਵੀ ਇਹ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਜਿਹੜੀਆਂ ਹੋਈਆਂ। ਆਪਾਂ ਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਕਿ ਜਿਹੜੇ ਕੋਈ ਇਹੋ ਜਿਹੇ ਆ ਅਪਰਾਧੀ, ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜੇ ਆ ਦਿਨ ਵੇਲੇ ਜਿਹੜੇ ਨਾ ਉਹ ਜਿੰਦਾ ਲਾ ਕੇ ਰੱਖਣਾ ਚਾਹੀਦਾ ਵਾ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਭੀੜ ਹੁੰਦੀ ਆ, ਕਿ ਜਿਹੜਾ ਪਾਠੀ ਸਿੰਘ ਆ ਉਹ ਵੀ ਉੱਥੇ ਰਹੇ, ਜਦੋਂ ਕੋਈ ਮੱਥਾ ਟੇਕਣ ਕਿਸੇ ਨੇ ਆਉਣਾ ਹੋਵੇ ਤਾਂ ਉਹ ਜਿੰਦਾ ਖੋਲ੍ਹੇ ਅਤੇ ਉਹ ਦਰਸ਼ਨ ਕਰੇ, ਜਾਂ ਕੋਈ ਆਪਣਾ ਮੋਬਾਈਲ ਦਾ ਨੰਬਰ ਜਿਹੜਾ ਵਾ ਉਹ ਬਾਹਰ ਲਿਖ ਕੇ ਲਾਉਣਾ ਚਾਹੀਦਾ ਜਦੋਂ ਕਿਸੇ ਨੇ ਦਰਸ਼ਨ ਕਰਨੇ ਆ, ਜੇ ਪਾਠੀ ਸਿੰਘ ਨਹੀਂ ਲੱਗੇ ਤਾਂ ਉਹ ਜਿਹੜਾ ਵਾ ਜੋ ਟੈਲੀਫੋਨ ਕਰਨ ਕੇ ਤਾਂ ਖੋਲ੍ਹ ਦੇਵੇ। ਇਹੋ ਜਿਹੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਖਿਆਲ ਰੱਖਣਾ ਚਾਹੀਦੀਆਂ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਸਿੱਖ ਚੈਨਲ ਨੂੰ ਜਾਣਕਾਰੀ ਦਿੱਤੀ ਆ, ਜੋ ਇਹ ਸਿੱਖ ਚੈਨਲ ਪੂਰੀ ਦੁਨੀਆਂ 'ਚ ਦੇਖ ਰਿਹਾ। ਸਾਡਾ ਉਪਰਾਲਾ ਕਿ ਅਸੀਂ ਜਿਹੜੇ ਆ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਖਬਰ ਤੁਹਾਨੂੰ ਦਿੰਦੇ ਰਹੀਏ। ਹੁਣ ਮੈਂ ਗੱਲਬਾਤ ਕਰੂੰਗਾ ਪਿੰਡ ਬੰਬ ਬਡਾਲਾ ਦੇ, ਜੋ ਇਸ ਹਲਕੇ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਹਨ ਚੇਅਰਮੈਨ, ਉਹਨਾਂ ਦੇ ਮੈਂ ਪਿਤਾ ਜੀ ਨਾਲ ਗੱਲਬਾਤ ਕਰੂੰਗਾ। ਸਭ ਤੋਂ ਪਹਿਲਾਂ ਬਲਾਕ ਸੰਮਤੀ ਦੇ ਚੇਅਰਮੈਨ ਦੇ ਨਾਲ ਚੇਅਰਮੈਨ ਦੇ ਪਿਤਾ ਜੀ ਨਾਲ ਗੱਲਬਾਤ ਕਰੂੰਗਾ। ਇਹ ਸਭ ਤੋਂ ਪਹਿਲਾਂ ਫਤਿਹ ਬੁਲਾਉਂਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਾਪੂ ਜੋ ਤੁਹਾਡੇ ਪਿੰਡ ਬੰਬ ਬਡਾਲਾ ਵਿੱਚ ਗੁਟਕੇ ਸਾਹਿਬ ਦੀ ਸਾਨੂੰ ਪਤਾ ਲੱਗਾ ਵਿਆਪਦੀ ਹੋਈ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ, ਨਿੱਕੇ ਨਿੱਕੇ ਜਵਾਕ ਜਿਹੜੇ ਸੀ ਉਹ ਇੱਥੇ ਆ ਕੇ ਪਾਠ ਕਰਦੇ ਸਨ ਅਤੇ ਉਹ ਗ੍ਰੰਥ ਹੀ ਸਾਡਾ ਭੁੱਲ ਗਿਆ ਗੁਟਕੇ ਉੱਥੇ ਜ਼ਿਆਦਾ ਨਹੀਂ। ਉਹਨੇ ਆਖਿਆ ਅੱਜ ਪਾਟ ਹੈ, ਉਹ ਅਸੀਂ ਕੈਮਰਾ ਲਾਇਆ ਕੈਮਰੇ ਦੇ ਵਿੱਚ ਕੋਈ ਉਹਦੀ ਫੋਟੋ ਨਹੀਂ ਆਈ, ਦੋ ਦਿਨਾਂ ਤੋਂ ਕੁਛ ਨਹੀਂ ਆਇਆ। ਗੁਟਕੇ ਉਹਦੇ ਕੋਲ ਹੋਰ ਵੀ ਉਹਦੇ ਨਾਲ ਦੇ ਬਹੁਤ ਪਏ ਸਨ ਅਤੇ ਉਹ ਗ੍ਰੰਥੀ ਜਿਹੜਾ ਉਹ ਭੁੱਲ ਗਿਆ। ਇੰਸਪੈਕਟਰ ਵੀ ਬਿਆਨ ਲਏ ਨੇ, ਪੁੱਛਤਾਛ ਬਹੁਤ ਕੀਤੀ ਹੈ, ਬਾਕੀ ਉਹਨੂੰ ਫਿਰ ਥਿੜਕ ਗਿਆ, ਉਹਨੂੰ ਕੋਈ ਪਤਾ ਨਹੀਂ ਲੱਗਾ, ਉਹ ਸਾਰਾ ਗ੍ਰੰਥੀ ਭੁੱਲ ਗਿਆ। ਹੋਰ ਸਾਡੇ ਪਿੰਡ 'ਚ ਸ਼ਰਾਰਤ ਨਹੀਂ ਕਿਸੇ ਕੀਤੀ। ਜਿੱਦਾਂ ਪੰਜਾਬ ਵਿੱਚ ਜਾਂ ਕੋਈ ਇੰਡੀਆ 'ਚ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਆਪਦੀ ਹੁੰਦੀ, ਗੁਟਕੇ ਸਾਹਿਬ ਦੀ ਵਿਆਪਦੀ ਹੁੰਦੀ ਆ, ਤੁਸੀਂ ਲੋਕਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ, ਕਿੱਦਾਂ ਇਸ ਦੀ ਆਪਾਂ ਜਿਹੜੀ ਆ ਰੱਖਿਆ ਕਰ ਸਕਦੇ? ਅਸੀਂ ਤਾਂ ਇਹ ਸੁਝਾਅ ਦੇਣਾ ਚਾਹੁੰਦੇ, ਅਸੀਂ ਗੁਰੂ ਨੂੰ ਮੰਨਦੇ ਹਾਂ, ਗੁਰੂ ਦਸਵੇਂ ਪਾਤਸ਼ਾਹ ਨੂੰ, ਗੁਰੂ ਨਾਨਕ ਨੂੰ, ਇਹਨੂੰ ਵੇਖ ਕੇ ਅਤੇ ਲੱਗੇ ਜਾਂਦੇ ਹੋ ਕਿਸੇ ਸਵਾਰੀ 'ਤੇ ਤੁਸੀਂ ਜਾਂਦੇ ਹੋ, ਉੱਠ ਕੇ ਖਲੋ ਕੇ ਥੱਲੇ ਉੱਤਰ ਕੇ ਹੱਥ ਜੋੜ ਕੇ ਨੰਗੇ ਪੈਰੀ ਮਹਾਰਾਜ ਦਾ ਸਤਿਕਾਰ ਕਰੋ। ਆਪ ਵੀ ਕਰਦੇ ਹਾਂ, ਸਾਡੇ ਨਗਰ ਕੀਰਤਨ ਗਾਉਂਦਾ ਪਿਆ ਸੀ, ਮੈਂ ਖਾਦ ਲੈ ਕੇ ਆਉਂਦਾ ਪਿਆ ਸੀ ਅਤੇ ਵੇਖ ਕੇ ਪਾਸੇ ਟਰੈਕਟਰ ਖਿਲਾਰ ਲਿਆ, ਹੱਥ ਜੋੜ ਕੇ ਖਲੋ ਗਏ, ਜੁੱਤੀ ਲਾ ਲਈ, ਜਦੋਂ ਨਗਰ ਕੀਰਤਨ ਦੂਰ ਗਿਆ ਉਦੋਂ ਆਪਦਾ ਟਰੈਕਟਰ ਲੈ ਕੇ ਆ ਗਏ। ਬਾਪੂ ਜੀ ਨੇ ਸਾਨੂੰ ਬਹੁਤ ਵਧੀਆ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਦੋਂ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਾਂਦੀ ਹੋਵੇ ਰਸਤੇ 'ਚ ਅਤੇ ਇਹ ਕੋਈ ਗੱਡੀ ਹੋਵੇ ਜਾਂ ਕੋਈ ਟਰੈਕਟਰ ਹੋਵੇ ਜਾਂ ਸਾਈਕਲ ਸਕੂਟਰ ਹੋਵੇ, ਇੱਕ ਸਾਈਡ 'ਤੇ ਰੁਕ ਕੇ ਜਿਹੜੀ ਉਹਦਾ ਸਤਿਕਾਰ ਜਿਹੜਾ ਉਹ ਕਰਨਾ ਚਾਹੀਦਾ, ਫਿਰ ਹੀ ਆਪਾਂ ਜਿਹੜੀਆਂ ਮਹਾਰਾਜ ਦੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਹੋਣਗੀਆਂ। ਇਹ ਬਹੁਤ ਵਧੀਆ ਸੁਝਾਅ ਇਹਨੇ ਸਾਨੂੰ ਦਿੱਤਾ ਅਤੇ ਸੰਗਤਾਂ ਜਿਹੜੀਆਂ ਉਹ ਵੀ ਇਸ ਤਰ੍ਹਾਂ ਖਿਆਲ ਰੱਖਣ। ਹੁਣ ਅਸੀਂ ਦੇਖਿਆ ਕਿ ਤੁਹਾਡਾ ਗੋਦਾ ਸਾਹਿਬ 'ਚ ਜਿਹੜਾ ਕੈਮਰੇ ਲੱਗੇ ਹੋਏ ਆ ਅਤੇ ਉਹਦਾ ਜਿਹੜੀ ਫੁਟੇਜ ਆ ਉਹ ਅੰਦਰ ਹੀ ਆ ਉੱਥੇ, ਉਹ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਫੁਟੇਜ ਆ ਜਾਂ ਤੁਹਾਡੇ ਘਰ ਜਾ ਕੇ ਵਧੀਆ ਜਗ੍ਹਾ 'ਤੇ ਰੱਖੀ ਜਾਵੇ ਕਿ ਜਿਹੜਾ ਉਹਨੂੰ ਕੋਈ ਉਹਨੂੰ ਚੁੱਕ ਨਾ ਸਕੇ। ਸਹੀ ਜਗ੍ਹਾ 'ਤੇ ਜਿਹੜੀ ਚਾਹੀਦੀ ਆ ਉਹ ਹੁਣ ਇਸ ਵਕਤ ਗਲਤ ਜਗ੍ਹਾ 'ਤੇ ਪਈ ਆ, ਕਿਉਂਕਿ ਉਹਨੂੰ ਕੋਈ ਵੀ ਬੰਦਾ ਕੋਈ ਸ਼ਰਾਰਤੀ ਆਵੇ ਉਹਨੂੰ ਚੁੱਕ ਕੇ ਖੜ ਸਕਦਾ, ਉਹ ਜਿਹੜੀ ਚੰਗੀ ਜਗ੍ਹਾ ਚਾਹੀਦੀ ਹੈ, ਇਸ ਬਾਰੇ ਤੁਸੀਂ ਕਹਿਣਾ ਚਾਹੋਗੇ? ਹਾਂਜੀ, ਉਹ ਚੰਗੀ ਜਗ੍ਹਾ ਚਾਹੀਦੀ ਹੈ। ਅਸੀਂ ਪਿੰਡ ਦੇ ਬੱਚਿਆਂ ਨੂੰ ਮੈਂ ਸਮਝਾਵਾਂਗਾ ਵੀ ਉਹਦਾ ਪੂਰਾ ਪੱਕ ਕਰ ਲੈਣ, ਗੁਰਦੁਆਰੇ ਨੂੰ ਤਾਲੇ ਲਾਉਣ, ਕਿਉਂ ਇਸ ਤਰ੍ਹਾਂ ਆਪ ਕੋਲ ਅਤੇ ਭੁਲੇਖਾ ਲੱਗ ਗਿਆ, ਕੋਈ ਹੋਰ ਨਾ ਸ਼ਰਾਰਤ ਕਰ ਜਾ ਕਿਸੇ ਮਿਸ਼ਨ ਦਾ ਬੰਦਾ। ਅਤੇ ਇੱਕ ਤਾਂ ਇਹ ਚੀਜ਼ ਸਰਕਾਰ ਸਾਨੂੰ ਲੜਾ ਰਹੀ ਹੈ ਆਪਸ 'ਚ,
ਜਿਵੇਂ ਅੱਗੇ ਅੱਤਵਾਦ ਦਾ ਸਾਡੇ ਟਾਈਮ ਬਣਿਆ ਸੀ, ਸਿੱਖਾਂ ਦੇ ਬੱਚੇ ਮਰੇ, ਪੁਲਿਸ 'ਚ ਵੀ ਸਿੱਖਾਂ ਦੇ ਬੱਚੇ ਅਤੇ ਘਰਾਂ 'ਚ ਵੀ ਸਿੱਖਾਂ ਦੇ ਬੱਚੇ। ਇਹ ਕੋਈ ਇਹਦੀ ਸਰਕਾਰ ਸਾਜਿਸ਼ ਕਰ ਰਹੀ ਹੈ, ਜਿਹੜਾ ਕਈਆਂ ਪਿੰਡਾਂ ਵਿੱਚ ਬਗਰਾੜੀ ਜਾਂ ਦੂਜੇ ਤੀਜਾਂ ਪਿੰਡਾਂ 'ਚ ਹੋਇਆ ਨਾ, ਇਹ ਸਾਜਿਸ਼ ਕਿਸੇ ਪਾਰਟੀ ਦੀ ਹੈ। ਹੋਰ ਮਹਾਰਾਜ ਦੇ ਬਿਰਧ ਵੀ ਕੋਈ ਨਹੀਂ ਕਰਦਾ, ਸਾਰੇ ਹੀ ਭਾਉ ਕਰਦੇ ਨੇ ਮਹਾਰਾਜ ਦਾ। ਇਹ ਗੱਲ ਕਰ ਰਹੇ ਸਨ ਪਿੰਡ ਬੰਬ ਵਡਾਲਾ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੇ ਫਾਦਰ ਸਾਹਿਬ। ਤੁਸੀਂ ਬਾਪੂ ਜੀ ਸਿੱਖ ਚਾਲ ਨੂੰ ਜਾਣ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੰਗਤਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਤੁਹਾਨੂੰ ਪਹਿਲਾਂ ਇੱਕ ਵਾਰੀ ਜਾਣ ਕਿਹਾ ਸੀਗਾ ਕਿ ਮੈਂ ਪਿੰਡ ਬੰਬ ਵਡਾਲਾ ਵਿੱਚ ਜੋ ਗੁਟਕਾ ਸਾਹਿਬ ਦੀ ਵਿਆਹ ਹੋਈ ਸੀ ਉਸ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ, ਪਰ ਅਸੀਂ ਉਹ ਦਰਸ਼ਨ ਜਿਹੜੇ ਨਹੀਂ ਕਰਾ ਸਕਦੇ ਕਿਉਂਕਿ ਜਿਹੜਾ ਇਸ ਗੁਰਦੁਆਰਾ ਪ੍ਰਧਾਨ ਸਾਹਿਬ ਉਹਦੇ ਕੋਲ ਗੁਟਕਾ ਹੋਣ ਕਰਕੇ ਉਹ ਕਿਤੇ ਸ਼ਹਿਰ ਗਏ ਆ, ਜੋ ਇੱਥੇ ਅਖੰਡ ਪਾਠ ਸਾਹਿਬ ਰੱਖਣਾ ਉਸਦੇ ਪਛਤਾਤਾਪ ਦਾ ਜੋ ਸਮਾਨ ਹੈ ਰਸਤਾ ਉਹ ਲੈਣ ਗਏ ਕਰਕੇ ਅਸੀਂ ਉਸ ਗੁਟਕਾ ਸਾਹਿਬ ਦੇ ਜਿਹੜੇ ਦਰਸ਼ਨ ਨਹੀਂ ਕਰਾ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।